ਜੋ ਭਗਵੰਤ ਮਾਨ ਕਹਿੰਦਾ ਰਿਹਾ, ਜੋ ਕੁਲਤਾਰ ਸਿੰਘ ਸੰਧਵਾ ਕਹਿੰਦਾ ਰਿਹਾ, ਜੋ ਇਹਨਾਂ ਦੇ ਬਾਕੀ ਮਿਨਿਸਟਰ ਕਹਿੰਦੇ ਰਹੇ ਨੇ ਉਹ ਕਰ ਦਿਓ, ਤੇ ਜੇ ਉਹ ਗਲਤ ਸੀ ਤਾਂ ਉਹਦੀ ਮਾਫੀ ਮੰਗ ਲਓ, ਜੇ ਹੁਣ ਗਲਤ ਕਰ ਰਹੇ ਹੋ ਇਹਦੀ ਮਾਫੀ ਮੰਗ ਲਓ, ਤੇ ਜੇ ਦੋਨੇ ਨਹੀਂ ਕਰਨਾ ਬਸ਼ਰਮੀ ਧਾਰਨੀ ਹੈ ਤਾਂ ਅਸੀਂ 3 ਦਸੰਬਰ ਨੂੰ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਇਹਨੂੰ ਬੰਦ ਕਰਾਂਗੇ। ਔਰ ਕਿਹਨੂੰ ਬੰਦ ਕਰਾਂਗੇ ਉਹ ਵੀ ਦੱਸਦਾ। ਇੱਕ ਸੀ ਨਾ ਕਿ ਅਸੀਂ ਬੰਨ ਮਾਰਾਂਗੇ, ਪਾਣੀ ਨਿਕਲ ਕੇ ਲੁਧਿਆਣੇ 'ਚ ਵੜ ਜੂਗਾ, ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕੀ ਬੰਦ ਕਰਨ ਜਾ ਰਹੇ ਹਾਂ। 9 ਕਰੋੜ ਲੀਟਰ ਪਾਣੀ, ਤੁਸੀਂ ਅੰਦਾਜ਼ਾ ਲਾਓ, 9 ਕਰੋੜ ਲੀਟਰ ਹਰ ਰੋਜ਼ ਪੈ ਰਿਹਾ ਉਹਨਾਂ 2 ਪੁਆਇੰਟਾਂ ਤੋਂ, ਉਹਨਾਂ ਨੂੰ ਬੰਦ ਕਰਨਾ ਪਹਿਲਾਂ। ਔਰ ਪੂਰਾ 250 ਡਾਇੰਗ ਯੂਨਿਟ ਦਾ ਕੈਮੀਕਲ ਉਹਦੇ ਰਾਹੀਂ ਪੈਂਦਾ ਹੈ, ਜਿਹਨੂੰ ਦੁਨੀਆ ਮੰਨ ਚੁੱਕੀ ਕਲੀਨ ਨਹੀਂ ਹੋ ਸਕਦਾ। ਆਹ ਹਾਲ, ਖੜ ਜਾਓ ਜਮਾਲਪੁਰ ਜਾ ਕੇ, ਬਾਕੀ ਗੱਲਾਂ ਛੱਡੋ, ਆਹ ਕੈਮਰੇ ਲੈ ਕੇ ਚਲੇ ਜਾਓ, ਖੜ ਜਾਓ ਉੱਥੇ। ਤੁਹਾਡੇ ਆ ਸਾਰਾ ਸਿਰ ਨਾਲ ਤੇ ਆ ਮੋਢੇ ਨਾਲ ਭਰ ਜਾਣ ਤਾਂ ਕਿਹੋ ਜੇ ਕਾਲਖ ਨਾਲ, ਤੁਹਾਡਾ ਸੰਘ ਨਾ ਮੱਚਣ ਲੱਗ ਜੇ 2 ਮਿੰਟਾਂ ਚ, ਅੱਖਾਂ ਨਾ ਮੱਚਣ ਲੱਗ ਜੇ ਤਾਂ ਕਿਹੋ ਜੇ। ਪੰਜਾਬ ਦੇ ਕਿੰਨੇ ਲੋਕ ਹਰ ਰੋਜ਼ ਮਰ ਰਹੇ ਨੇ, ਕਿੰਨੇ ਲੋਕ ਕਾਲੇ ਪੀਲੀਏ ਤੇ ਕੈਂਸਰ ਨਾਲ ਬਿਮਾਰ ਹੋ ਰਹੇ ਨੇ, ਕੀ ਉਹਨਾਂ ਦਾ ਕੁਝ ਕੀਤਾ? ਨਹੀਂ ਕੀਤਾ ਨਾ। ਇਹ ਬਿਮਾਰ ਕਰੀ ਜਾਂਦੇ ਨੇ ਲੋਕਾਂ ਨੂੰ, ਔਰ ਉੱਤੋਂ ਇਹੋ ਜਿਹੇ ਮਜ਼ਾਕ ਕਰ ਰਹੇ ਨੇ। ਇਹ ਕਿਹੜੀ ਟੈਕਨੋਲੋਜੀ ਵੀ ਦੁਨੀਆ ਦੇ ਹੋਰ ਕਿਸੇ ਤਾਂ ਵਰਤੀ ਨਹੀਂ ਗਈ, ਕੈਨੇਡਾ ਤੋਂ ਲਿਆ ਰਹੇ ਹਾਂ ਜੀ। ਆਹ ਥੇਮਸ ਦਰਿਆ ਕਿਵੇਂ ਕਲੀਨ ਹੋਇਆ, ਸਿਆਨ ਕਿਵੇਂ ਕਲੀਨ ਹੋ ਰਿਹਾ, ਪੈਰਿਸ ਦੇ ਵਿੱਚ ਪੁੱਛ ਲਓ, ਲਿਆਓ ਦੱਸੋ ਕਿਵੇਂ ਕਰ ਰਹੇ ਹੋ। ਔਰ ਛੱਡੋ ਯਾਰ ਕਲੀਨ, ਜੋ ਗੰਦਾ ਕਰ ਰਹੇ ਹੈ, ਜਿਨ੍ਹਾਂ ਨੂੰ ਤੁਸੀਂ ਖੁਦ ਨੋਟਿਸ ਦੇ ਚੁੱਕੇ ਹੋ, ਉਹਨਾਂ ਨੂੰ ਕਿਉਂ ਨਹੀਂ ਰੋਕਦੇ? ਜਦੋਂ ਤੁਹਾਡੀ ਇੱਛਾ ਸ਼ਕਤੀ ਸਿਰਫ ਰਾਜ ਕਰਨ ਦੀ ਹੋ ਜੇ, ਜਦੋਂ ਤੁਸੀਂ ਸਿਰਫ ਇਹ ਚੀਜ਼ ਕਰੋਗੇ ਸਰਵਾਈਵਲ ਹੈ ਬਸ, ਭਲਾ ਲੰਮੇ ਪੈ ਕੇ ਸਰਵਾਈਵਲ ਹੋ ਜੇ, ਤਾਂ ਫਿਰ ਆਹੀ ਕੁਛ ਹੁੰਦਾ। ਇਹਨਾਂ ਨੂੰ ਪਤਾ ਲੱਗ ਗਿਆ ਪੰਜਾਬ 'ਚ ਸਾਡਾ ਕੁਛ ਨਹੀਂ ਆਉਣਾ ਜਾਣਾ, ਹੁਣ ਲੁੱਟਣ 'ਤੇ ਲੱਗੇ ਹੋਏ ਨੇ, ਲੁੱਟ ਰਹੇ ਨੇ, ਬਸ ਦੈਟਸ ਆਲ। ਸੋ ਇਹ ਲੋਕਾਂ ਨੂੰ ਸੋਚਣਾ ਪਊਗਾ ਕਿ ਕੀ ਅਸੀਂ ਇਹਨਾਂ ਨੂੰ 2 ਸਾਲ ਹੋਰ ਬਰਬਾਦ ਕਰਨ ਨੂੰ ਦੇਵਾਂਗੇ, ਜਾਂ ਅਸੀਂ ਕੁਛ ਚੀਜ਼ਾਂ 'ਚ ਆਪ ਅੱਗੇ ਵੱਧ ਕੇ ਹਿੱਸਾ ਲੈ ਕੇ ਇਹਨੂੰ ਰੋਕਾਂਗੇ। ਜਿੱਥੇ ਖਾਧਾ ਤੁਸੀਂ ਤਾਂ ਅੱਜ ਉਸ ਧਰਤੀ ਨੂੰ ਭੰਡਣ ਡਏ ਹੋ ਵੀ ਅਸੀਂ ਪੰਜਾਬ ਛੱਡ ਕੇ ਚੱਲ ਜਾਣਾ। ਹੋਰ ਤੁਸੀਂ ਕਿਸੇ ਵੀ ਗੱਲ 'ਤੇ ਆ ਜਾਓ, ਤੁਸੀਂ ਯੂਪੀ ਜਾਣਾ ਚਲੇ ਜਾਓ, ਅੱਜ ਦੀ ਯੂਪੀ ਦੀ ਖਬਰ ਹੈ ਵੀ ਮੁੰਡਿਆਂ ਨੇ ਆਈਫੋਨ ਮੰਗਾਇਆ, ਡਿਲੀਵਰੀ ਬੁਆਏ 30 ਸਾਲ ਦਾ ਗੋਲੀ ਨਾਲ ਮਾਰ ਦਿੱਤਾ ਆਈਫੋਨ ਦੇ ਲਈ। ਚਲੋ ਜਾਓ, ਲੈ ਜਾਓ ਫੈਕਟਰੀਆਂ ਉੱਥੇ, ਇੱਥੇ ਤਾਂ ਘੰਟਾ ਘੰਟਾ ਬੱਤੀ ਨਹੀਂ ਆਉਂਦੀ, ਉੱਥੇ ਕਹਿੰਦੇ ਨਿਆਣਾ ਨਹੀਂ ਘਰ ਆਉਂਦਾ। ਪੰਜਾਬ ਦੇ ਵਿੱਚ ਚਿੱਟਾ ਵਿਕੇ, ਪੰਜਾਬ ਦੇ ਵਿੱਚ ਘਰ ਘਰ ਕਾਲਾ ਪਾਣੀ ਜਾਵੇ, ਸਰਕਾਰ ਨੂੰ ਕੋਈ ਤਕਲੀਫ ਨਹੀਂ। ਸਰਕਾਰ ਕਹਿੰਦੀ ਇਹਦੇ ਬਾਰੇ ਗੱਲਬਾਤ ਨਾ ਕਰੋ, ਸਰਕਾਰ ਨੂੰ ਤਕਲੀਫ ਇਸ ਗੱਲ ਦੀ ਆ। ਉਦਣ ਉੱਥੋਂ ਦਾ ਮਾਹੌਲ ਇਹ ਸੀ ਵੀ ਉੱਤੋਂ ਸਵਾਹ ਡਿੱਗਦੀ ਸੀ, ਪਾਣੀ ਦੇ ਵਿੱਚੋਂ ਗਰਮ ਗੈਸਾਂ ਨਿਕਲਦੀਆਂ ਸੀ ਤੇ ਬੁੱਢੇ ਦਰਿਆ ਦੇ ਵਿੱਚੋਂ ਫਿਊਮਸ ਨਿਕਲਦੀਆਂ ਸੀ। ਲੈ ਵੀ ਇਹ ਸਟੱਡੀ ਕਰਾ ਲੈਣ, 6 ਮਹੀਨੇ ਦੇ ਜੰਮੇ ਜਵਾਕ ਦੇ ਵਿੱਚ ਜੇ ਕੈਂਸਰ ਨਾ ਟ੍ਰਿਗਰ ਹੋ ਜੇ। ਮੁੱਖ ਮੰਤਰੀ ਨੂੰ ਐਂ ਲੱਗਦਾ ਵੀ ਜਿਵੇਂ ਮੈਂ ਨਹੀਂ ਨਾ ਬੋਲਦਾ ਦਿੱਲੀ ਵਾਲਿਆਂ ਮੂਹਰੇ, ਉਦਾਂ ਹੀ ਪੰਜਾਬ ਵਾਲੇ ਲੋਕ ਵੀ ਚੋਪੀ ਨੇ, ਉਹ ਪੰਜਾਬ ਵਾਲੇ ਲੋਕ ਘੁੱਗੂ ਥੋੜ੍ਹੀ ਆ। ਮੱਝਾਂ ਦਾ ਕੈਂਸਰ ਹੋ ਰਿਹਾ ਸੀ ਇੱਕ ਟਾਈਮ 'ਤੇ, ਪਰ ਹੁਣ ਮੱਝਾਂ ਦਾ ਕੈਂਸਰ ਨਹੀਂ ਹੋ ਰਿਹਾ, ਕਾਰਨ ਉਹਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ। ਇਹ ਸਾਡੇ ਵਾਲੇ ਪਾਸੇ ਆ ਕੇ ਕਿਸੇ ਵੀ ਚੀਜ਼ ਨੂੰ ਰਿਸਰਚ ਵਰਕ 'ਤੇ ਲਿਆਉਣਾ ਹੀ ਨਹੀਂ ਚਾਹੁੰਦੇ, ਇਹ ਦਿਖਾਉਣਾ ਚਾਹੁੰਦੇ ਆ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਲੋਕ ਤੁਰੇ ਫਿਰਦੇ ਆ। ਰੋਜ਼ 32 ਬੰਦੇ ਜਿਹੜੇ ਆ ਅਸੀਂ ਇਸ ਬਿਮਾਰੀ ਨੂੰ ਗਵਾ ਲੈਂਦੇ ਹਾਂ, ਇਸੇ ਕਰਕੇ ਮੁੱਦਾ ਗੰਭੀਰ ਹੈ। ਤਕਰੀਬਨ 12,000 ਦੇ ਕਰੀਬ ਜਿਹੜੀਆਂ ਮੌਤਾਂ ਨੇ ਇਸ ਗੰਦੇ ਪਾਣੀ ਦੇ ਕੈਂਸਰ ਨਾਲ ਪੰਜਾਬ 'ਚ ਹਰ ਸਾਲ ਹੋ ਜਾਂਦੀਆਂ ਨੇ। ਇੰਡਸਟਰੀ ਕਹੇ ਸਾਡੀ ਹਰੈਸਮੈਂਟ ਹੋ ਰਹੀ ਆ, ਉਹ ਸਾਡਾ ਤਾਂ ਮੁਲਕ ਹੀ ਇਹੋ ਜਿਹਾ ਆ ਜਿਹੋ ਜਿਹਾ ਇਸ ਇੰਡਸਟਰੀ ਵਾਲਿਆਂ ਨੇ ਕੰਮ ਕੀਤਾ। ਜੇ ਕੋਈ ਸਿਵਲਾਈਜ਼ਡ ਮੁਲਕ ਹੁੰਦਾ ਨਾ ਤੇ ਕੈਪੀਟਲ ਪਨਿਸ਼ਮੈਂਟ ਦੇ ਕੇ ਆ ਗੰਦ ਖਤਮ ਕਰ ਦਿੱਤਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਮਿੱਟੀ ਦੇ ਨਾਲ, ਮੈਂ ਹਾਂ ਕੁਵਰਜੋਤ ਸਿੰਘ। ਤਾਂ ਲੁਧਿਆਣੇ ਦਾ ਇੱਕ ਬਹੁਤ ਹੀ ਵੱਡਾ ਮੁੱਦਾ ਬੁੱਢਾ ਨਾਲਾ, ਜਿਹਦੇ ਵੱਲ ਸ਼ਾਇਦ ਤੁਸੀਂ ਧਿਆਨ ਨਾ ਦਿੰਦੇ ਹੋਵੋ, ਪਰ ਕਿਉਂਕਿ ਤੁਹਾਡਾ ਧਿਆਨ ਹੋਰ ਪਾਸੇ ਬਹੁਤ ਹੈ, ਤਾਂ ਮੇਰੇ ਨਾਲ ਇਸ ਸਮੇਂ ਅਮਿਤ ਔਜਮਾਨ ਮੌਜੂਦ ਹੈ, ਲੁਧਿਆਣੇ ਆਏ ਆ, ਗੱਲਬਾਤ ਕਰਦੇ ਹਾਂ। ਤੁਸੀਂ ਤਾਂ ਬੁੱਢੇ ਨਾਲੇ 'ਤੇ ਬੰਨ ਲਾਉਣਾ ਸੀਗਾ, ਬੜੀ ਦੇਰ ਦੀ ਟਾਈਮਿੰਗਸ ਚੱਲ ਰਹੀ ਸੀ, ਪਹਿਲਾਂ 15 ਤਰੀਕ ਦਿੱਤੀ ਗਈ, ਅੱਜ 1 ਤਰੀਕ ਹੋ ਗਈ, ਹਜੇ ਤੱਕ ਬੰਨ ਕਿਉਂ ਨਹੀਂ ਲੱਗਿਆ?
ਅਸੀਂ ਰਿਹਰਸਲ ਵੀ ਕਰ ਲਈ ਹੈ, ਅਸੀਂ ਵੇਖ ਵੀ ਆਏ ਹਾਂ 200 ਬੰਦੇ ਨਾਲ, ਔਰ ਇਹ ਦੱਸ ਵੀ ਰਹੇ ਹਾਂ ਕਿੱਥੇ ਲਾਉਣਾ ਸੀਗਾ। ਇਹ ਲਾਉਣਾ ਸੀ ਤਾਜਪੁਰ ਰੋਡ 'ਤੇ ਹੈ ਜਿਹੜਾ, ਔਰ ਫੋਕਲ ਪੁਆਇੰਟ ਵਾਲਾ ਜਿਹੜਾ CSTP, ਉੱਥੋਂ 9 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਉਣ 'ਚ ਜੋ ਸ਼ਾਮਲ ਹੈ ਸਭ ਤੋਂ ਵੱਡਾ ਉੱਥੇ ਪੈਂਦਾ, ਉੱਥੇ ਲਾਉਣਾ ਸੀ। ਉਹਦੀ ਰਿਹਰਸਲ ਵੀ ਹੋ ਗਈ ਸੀਗੀ, ਸਿਰਫ ਉਹਨੂੰ ਪੋਸਟਪੋਨ ਕਰ ਰਹੇ ਹਾਂ। ਉਹਦਾ ਰੀਜ਼ਨ ਇਹ ਹੈ ਕਿ ਇੱਕ ਤਾਂ ਪੰਜਾਬ ਗੌਰਮੈਂਟ ਨੇ ਜਾਂ ਪੋਲਿਊਸ਼ਨ ਬੋਰਡ ਪੰਜਾਬ ਨੇ ਹੁਣੇ ਹੀ ਆ ਕੁਛ ਕੁ ਦਿਨ 3 ਕੁ ਦਿਨ ਪਹਿਲਾਂ ਇੱਕ ਨੋਟਿਸ ਦਿੱਤਾ ਕਿ ਬੰਦ ਹੋ ਰਿਹਾ, ਇਮੀਡੀਏਟਲੀ ਬੰਦ ਹੋ ਰਿਹਾ, ਇਹ ਬੰਦ ਕੀਤਾ ਜਾ ਰਿਹਾ, ਇਹਨੂੰ ਬੰਦ ਕਰ ਰਹੇ। ਹੁਣ ਵੇਹਨੇ ਅਸੀਂ ਬੰਦ ਕਰਦੇ ਹਾਂ ਕਿ ਨਹੀਂ, ਫਿਰ ਕਹਿਣਗੇ ਜੀ ਅਸੀਂ ਤਾਂ ਬੰਦ ਕਰ ਹੀ ਰਹੇ ਸੀ, ਤੁਸੀਂ ਐਵੇਂ ਹੀ ਬੰਨ ਮਾਰਤਾ। ਭਾਈ ਅਸੀਂ ਤਾਂ ਬੰਨ ਮਾਰਨਾ ਹੀ ਹੈ, ਜੇ ਤੁਸੀਂ ਬੰਦ ਕਰ ਰਹੇ ਹਾਂ ਤਾਂ ਕਰ ਲਓ, ਨਹੀਂ ਤਾਂ ਅਸੀਂ ਤਾਂ ਮਾਰ ਹੀ ਦੇਣਾ, ਹੁਣ 3 ਨੂੰ ਮਾਰ ਦਿਆਂਗੇ। ਦੱਸ ਰਹੇ ਹਾਂ ਅਸੀਂ ਰਿਹਰਸਲ ਵੀ ਕਰ ਚੁੱਕੇ ਹਾਂ, ਔਰ ਉਹਨੂੰ ਬੰਦ ਕਰਨਾ ਕੋਈ ਔਖਾ ਨਹੀਂ, 2 ਘੰਟੇ ਦਾ ਕੰਮ ਹੈ, ਅਸੀਂ ਕਰ ਦੇਣਾ। ਬਟ ਕਿਉਂਕਿ ਪੰਜਾਬ ਗੌਰਮੈਂਟ ਖੁਦ ਕਹਿ ਰਹੀ ਹੈ ਬੰਦ ਕਰ ਰਹੇ ਹਾਂ, ਨੋਟਿਸ ਦੇਤੇ ਆ ਸਾਰੇ ਇੰਡਸਟਰੀਲਿਸਟਾਂ ਨੂੰ, ਤਾਂ ਜੇ ਇਹਨਾਂ ਨੇ ਫਿਰ ਵੀ ਨਾ ਕੀਤਾ ਬੇਸ਼ਰਮੀ ਧਾਰ ਲਈ, ਤਾਂ 3 ਤਰੀਕ ਨੂੰ ਕਰ ਦਿਆਂਗੇ। ਔਰ ਇੱਕ ਹੋਰ ਗੱਲ, ਅੱਜ ਪੂਰਾ ਪੰਜਾਬ ਪੰਚਾਇਤੀ ਇਲੈਕਸ਼ਨਾਂ 'ਚ ਲੱਗਿਆ, ਅੱਜ ਪੂਰਾ ਪੰਜਾਬ ਬਾਅਦ 'ਚ ਝੋਨੇ ਦੀ ਕਟਾਈ ਅਤੇ ਕਣਕ ਬੀਜਣ 'ਚ ਲੱਗਿਆ। ਇਕੱਲਾ ਤਾਜਪੁਰ ਅਤੇ ਫੋਕਲ ਪੁਆਇੰਟ ਰੋਕ ਕੇ ਤਾਂ ਨਹੀਂ ਹੋਣਾ ਕੁਛ, ਆ ਸੰਘਾ ਸਕਰੀਨ ਵਾਲੀ ਵੀ ਰੋਕਣੀ ਆ ਆਪਾਂ, ਜਿਹੜਾ ਜਲੰਧਰ ਵਾਲਾ ਹੈ, ਆਪਾਂ ਫੈਕਟਰੀਆਂ ਵੀ ਰੋਕਣੀਆਂ ਜੋ ਬੋਰ ਕਰਕੇ ਥੱਲੇ ਪਾ ਰਹੀਆਂ ਨੇ, ਆਪਾਂ ਜੋ ਹੰਸਲਾ ਨਦੀ ਨੂੰ ਨਾਲਾ ਬਣਾਤਾ ਉਹ ਵੀ ਰੋਕਣਾ, ਅਤੇ ਲੁਧਿਆਣੇ 'ਚ ਵੀ ਹੋਰ ਕਿੰਨੀਆਂ ਚੀਜ਼ਾਂ ਨੇ ਉਹ ਵੀ ਰੋਕਣੀਆਂ, ਇਹਦੇ ਲਈ ਲੋਕ ਲਹਿਰ ਵੀ ਬਣਾਉਣੀ ਹੈ। ਸੋ ਇਸ ਲਈ ਇਹ ਜਦੋਂ ਕਰੀਏ ਲੋਕਾਂ ਨੂੰ ਨਾਲ ਲਿਜਾ ਕੇ ਚਿੱਟੇ ਦਿਨ ਕਰਾਂਗੇ, ਉਹ ਇਸ ਲਈ ਕਿ ਇਹ ਗੈਰ ਕਾਨੂੰਨੀ ਹੈ, ਇਹਨੂੰ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਬੰਦ ਕਰੋ, ਇਹਨੂੰ ਪੰਜਾਬ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਬੰਦ ਕਰੋ, ਇਹਨੂੰ ਪੰਜਾਬ ਗੌਰਮੈਂਟ ਕਹਿ ਚੁੱਕੀ ਬੰਦ ਕਰੋ, ਅਤੇ ਜੇ ਫਿਰ ਵੀ ਨਹੀਂ ਬੰਦ ਕਰਨਗੇ ਤਾਂ ਗੈਰ ਕਾਨੂੰਨੀ ਕੌਣ ਹੈ। ਇਸ ਲਈ ਵਿਧਾਨ ਸਭਾ 'ਚ ਪਹੁੰਚ ਗਿਆ, ਕਹਿੰਦੇ ਡਾਇੰਗਾਂ ਬੰਦ ਕਰ ਦਿਓ ਜਿਹੜੇ ਇਹ ਕੰਮ ਕਰਦੀਆਂ ਪਈਆਂ, ਪਰ ਡਾਇੰਗਾਂ ਵੀ ਹਾਲੇ ਤੱਕ ਬੰਦ ਨਹੀਂ ਹੋਈਆਂ। ਪੰਜਾਬ ਸਰਕਾਰ ਆਪ ਇੰਨੀ ਗੱਲ ਕਹਿ ਰਹੀ ਹੈ, ਡਾਇੰਗਾਂ ਬੰਦ ਵੀ ਨਹੀਂ ਹੋਈਆਂ, ਡਾਇੰਗਾਂ ਉਸ ਹਿਸਾਬ ਨਾਲ ਚੱਲ ਰਹੀਆਂ, NGTV ਆਰਡਰ ਕੱਢ ਦਿੰਦੀ ਆ ਪਰ ਉਹ ਉਸ ਹਿਸਾਬ ਨਾਲ ਚੱਲ ਰਹੀਆਂ, ਪਾਣੀ ਪਾ। ਇਹੋ ਜੀ ਬੇਸ਼ਰਮੀ ਜਿਹੜੀ ਗੱਲਾਂ ਤੁਸੀਂ ਕਹੀਆਂ ਆਪ ਹੀ ਲਾ ਲਓ, ਐਡੀ ਬੇਸ਼ਰਮੀ ਕਿਤੇ ਹੋਰ ਵੇਖੀ ਹੈ? ਇਹ ਹੋ ਰਹੀ ਹੈ ਨਾ ਬੇਸ਼ਰਮੀ, ਸ਼ਰਿਆਮ ਕਹਿ ਰਹੇ ਆ, ਗਲਤ ਹੈ। ਹੁਣ ਵੀ ਮੈਂ ਕਿਹਾ ਕਿ ਯਾਰ ਤੁਸੀਂ ਸਾਡਾ ਛੱਡੋ, ਤੁਹਾਡਾ ਵੀ ਛੱਡੋ, ਕਿਸੇ ਦਾ ਛੱਡੋ, ਜੋ ਭਗਵੰਤ ਮਾਨ ਕਹਿੰਦਾ ਰਿਹਾ, ਜੋ ਕੁਲਤਾਰ ਸਿੰਘ ਸੰਧਵਾਂ ਕਹਿੰਦਾ ਰਿਹਾ, ਜੋ ਇਹਨਾਂ ਦੇ ਬਾਕੀ ਮਿਨਿਸਟਰ ਕਹਿੰਦੇ ਰਹੇ ਨੇ ਉਹ ਕਰ ਦਿਓ, ਅਤੇ ਜੇ ਉਹ ਗਲਤ ਸੀ ਤਾਂ ਉਹਦੀ ਮਾਫ਼ੀ ਮੰਗ ਲਓ, ਜੇ ਹੁਣ ਗਲਤ ਕਰ ਰਹੇ ਹੋ ਇਹਦੀ ਮਾਫ਼ੀ ਮੰਗ ਲਓ, ਅਤੇ ਜੇ ਦੋਨੇ ਹੀ ਨਹੀਂ ਕਰਨਾ ਬੇਸ਼ਰਮੀ ਧਾਰਨੀ ਹੈ ਤਾਂ ਅਸੀਂ 3 ਦਸੰਬਰ ਨੂੰ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਇਹਨੂੰ ਬੰਦ ਕਰਾਂਗੇ। ਔਰ ਕਿਹਨੂੰ ਬੰਦ ਕਰਾਂਗੇ ਉਹ ਵੀ ਦੱਸਤਾ, ਇੱਕ ਸੀ ਨਾ ਕਿ ਅਸੀਂ ਬੰਨ ਮਾਰਾਂਗੇ, ਪਾਣੀ ਨਿਕਲ ਕੇ ਲੁਧਿਆਣੇ 'ਚ ਵੜ ਜੂਗਾ, ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕੀ ਬੰਦ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲੀ ਮੁਕਤੀ ਲੁਧਿਆਣੇ ਵਾਲਿਆਂ ਨੂੰ ਮਿਲਣੀ ਹੈ ਜਿਹਨੂੰ ਬੰਦ ਕਰਾਂਗੇ। 9 ਕਰੋੜ ਲੀਟਰ ਪਾਣੀ ਤੁਸੀਂ ਅੰਦਾਜ਼ਾ ਲਾਓ, 9 ਕਰੋੜ ਲੀਟਰ ਹਰ ਰੋਜ਼ ਪੈ ਰਿਹਾ ਉਹਨਾਂ 2 ਪੁਆਇੰਟਾਂ ਤੋਂ, ਉਹਨਾਂ ਨੂੰ ਬੰਦ ਕਰਨਾ ਪਹਿਲਾਂ। ਔਰ ਪੂਰਾ 250 ਡਾਇੰਗ ਯੂਨਿਟ ਦਾ ਕੈਮੀਕਲ ਉਹਦੇ ਰਾਹੀਂ ਪੈਂਦਾ, ਜਿਹਨੂੰ ਦੁਨੀਆ ਮੰਨ ਚੁੱਕੀ ਕਲੀਨ ਨਹੀਂ ਹੋ ਸਕਦਾ, ਆਹ ਹਾਲ ਹੈ। ਜਿਹੜੇ ਟ੍ਰੀਟਮੈਂਟ ਪਲਾਂਟ ਐਡੇ ਐਡੇ ਲੱਗੇ ਹੋਏ ਆ, ਜਿਹੜੇ ਪੈਸੇ ਲਾਏ ਹੋਏ ਆ, ਜਿਹੜਾ ਪਾਣੀ ਪੂਰਾ ਸਫੇਦ ਕਰਕੇ ਦਿਖਾ ਦਿੰਦੇ ਆ, ਪੂਰਾ ਟ੍ਰਾਂਸਪੇਰੈਂਟ ਕਰਕੇ ਦਿਖਾਉਂਦੇ, ਕਹਿੰਦੇ ਆਹ ਦੇਖੋ ਜਿਹੜਾ ਅਸੀਂ ਪਾਣੀ ਪਾ ਰਹੇ ਹਾਂ ਟ੍ਰੀਟ ਹੋ ਕੇ ਜਾ ਰਿਹਾ ਪਾਣੀ। ਉਹ ਮੈਂ ਕਿਹਾ ਸਰ ਵੇਖ ਲਓ ਜਾ ਕੇ ਬੁੱਢੇ ਨਾਲੇ 'ਤੇ, ਜਮਾਲਪੁਰ ਜਿੱਥੋਂ ਟ੍ਰੀਟਮੈਂਟ ਚੱਲਦੇ ਆ, ਉੱਥੇ ਬਿਨਾਂ ਰੁਮਾਲ ਖੱਲੇ ਅੰਬਾ ਬੰਨਿਆ ਖੜ ਕੇ ਵਿਖਾ ਦਿਓ, ਖੜ ਜਾਓ ਜਮਾਲਪੁਰ ਜਾ ਕੇ, ਬਾਕੀ ਗੱਲਾਂ ਛੱਡੋ, ਖੜ ਜਾਓ, ਆਹ ਕੈਮਰੇ ਲੈ ਕੇ ਚਲੇ ਜਾਓ, ਖੜ ਜਾਓ ਉੱਥੇ,
ਤੁਹਾਡੇ ਆ ਸਾਰਾ ਸਿਰ ਨਾਲ ਅਤੇ ਆ ਮੋਢੇ ਨਾਲ ਭਰ ਜਾਣ ਤਾਂ ਕਿਹੋ ਜੇ ਕਾਲਖ ਨਾਲ, ਤੁਹਾਡਾ ਸੰਘ ਨਾ ਮੱਚਣ ਲੱਗ ਜੇ 2 ਮਿੰਟਾਂ 'ਚ, ਅੱਖਾਂ ਨਾ ਮੱਚਣ ਲੱਗ ਜੇ ਤਾਂ ਕਿਹੋ ਜੇ। ਅਸੀਂ ਤਾਂ ਕਰ ਚੁੱਕੇ ਹਾਂ, ਅਸੀਂ ਤਾਂ 2 ਘੰਟੇ ਜਾ ਕੇ ਆਏ 200 ਬੰਦੇ ਦੇ ਨਾਲ, ਅਸੀਂ ਤਾਂ ਪੂਰਾ ਕਰ ਲਿਆ। ਬੰਨੂ ਉਦੋਂ ਵੀ ਮਾਰ ਸਕਦੇ ਸੀ, ਸਿਰਫ ਇਸ ਲਈ ਨਹੀਂ ਮਾਰਿਆ ਕਿ ਪੰਜਾਬ ਵਾਲੇ ਕਹਿ ਰਹੇ ਆ ਅਸੀਂ ਤਾਂ ਬੰਦ ਕਰ ਰਹੇ ਹਾਂ, ਪੰਜਾਬ ਗੌਰਮੈਂਟ ਕਹਿ ਰਹੀ ਹੈ, ਪੋਲਿਊਸ਼ਨ ਬੋਰਡ ਕਹਿ ਰਿਹਾ ਅਸੀਂ ਬੰਦ ਕਰ ਰਹੇ ਹਾਂ। ਫਿਰ ਇਹਨਾਂ ਨੇ ਪਤਾ ਕੀ ਕਹਿਣਾ ਸੀ ਕਿ ਅਸੀਂ ਤਾਂ ਜੀ ਆਰਡਰ ਕਰਤਾ ਸੀ, ਅਸੀਂ ਤਾਂ ਨੋਟਿਸ ਦੇਤਾ ਸੀ, ਅਤੇ ਫਿਰ ਤੁਸੀਂ ਕਿਉਂ ਬੰਨ ਮਾਰਿਆ? ਫਿਰ ਆਹ ਕਹਿਣਾ ਸੀ ਤੁਸੀਂ ਤਾਂ ਪਬਲਿਸਿਟੀ ਚਾਹੁੰਦੇ ਹੋ, ਅਸੀਂ ਆਣੇ ਲੈ ਅਸੀਂ ਛੱਡਿਆ ਤੁਹਾਡੇ 'ਤੇ, ਕਰ ਲਓ। ਹੁਣ ਤਾਂ ਅਸੀਂ ਦੱਸ ਵੀ ਦਿੱਤਾ ਨਾ ਕਿ ਕਿੱਥੇ ਮਾਰਨਾ ਸੀ, ਉਹਦੀਆਂ ਵੀਡੀਓ ਵੀ ਵੇਖ ਲਿਓ ਜੇ ਜਿਹੜੀ ਅਸੀਂ ਕੀਤੀ ਆ ਉੱਥੇ ਜਾ ਕੇ ਡਰਿੱਲ। ਇਹਨਾਂ ਨੇ ਕੀ ਕੀਤਾ ਇਹ ਵੇਖ ਲਿਓ ਜੇ ਜਿਨ੍ਹਾਂ ਦੇ ਆਰਡਰ ਹੋਏ ਵੇ ਨੇ ਇਹ ਇੰਪਲੀਮੈਂਟ ਕਰ ਰਹੇ ਆ ਜਾਂ ਨਹੀਂ, ਅਤੇ ਜੇ ਇੰਪਲੀਮੈਂਟ ਨਾ ਕੀਤਾ ਅਸੀਂ 3 ਦਸੰਬਰ ਨੂੰ ਸ਼ਰਿਆਮ ਆਈ ਆਹੀ ਦਿਨ ਹੋਣੇ ਆ, ਤੁਸੀਂ ਵੀ ਨਾਲ ਹੋਣਾ ਜਾ ਕੇ ਬੰਦ ਕਰਾਂਗੇ। ਕਹਿੰਦੇ ਪਤਾ ਨਹੀਂ ਓਜ਼ੋਨ ਨਾਲ ਹੁਣ ਸਾਫ਼ ਕਰਾਂਗੇ, ਨਵੀਂ ਟੈਕਨੋਲੋਜੀ ਲਿਆ ਰਹੇ ਆ, ਇੱਕ ਹੋਰ ਆਰਡਰ ਆਇਆ। ਇੱਕ ਵਾਰੀ ਜੈਰਾਮ ਰਮੇਸ਼ ਖੜ੍ਹੇ ਹੋ ਗਏ ਸੀ ਇੱਥੇ ਆ ਕੇ 10 ਕੁ ਸਾਲ ਪਹਿਲਾਂ, ਪਤਾ ਨਹੀਂ ਕੀ ਛੱਡੇ ਸੀ ਬੈਕਟੀਰੀਆਜ਼, ਉਹਨੇ ਬੋਰੀਆਂ ਅੱਗੇ ਇਹ ਸਾਫ਼ ਕਰ ਦੇਣਗੇ। ਇਹ ਡਿਲੇਇੰਗ ਟੈਕਟਸ ਹੈ, ਮਜ਼ਾਕ ਕਰ ਰਹੇ ਹੈ। ਮੈਨੂੰ ਹੱਸਦਿਆਂ ਵੀ ਸ਼ਰਮ ਆ ਰਹੀ ਹੈ ਕਿ ਪੰਜਾਬ ਦੇ ਕਿੰਨੇ ਲੋਕ ਹਰ ਰੋਜ਼ ਮਰ ਰਹੇ ਨੇ, ਕਿੰਨੇ ਲੋਕ ਕਾਲੇ ਪੀਲੀਏ ਅਤੇ ਕੈਂਸਰ ਨਾਲ ਬਿਮਾਰ ਹੋ ਰਹੇ ਨੇ। ਕੀ ਉਹਨਾਂ ਦਾ ਕੁਛ ਕੀਤਾ? ਨਹੀਂ ਕੀਤਾ ਨਾ, ਇਹ ਬਿਮਾਰ ਕਰੀ ਜਾਂਦੇ ਨੇ ਲੋਕਾਂ ਨੂੰ, ਔਰ ਉੱਤੋਂ ਇਹੋ ਜਿਹੇ ਮਜ਼ਾਕ ਕਰ ਰਹੇ ਨੇ। ਇਹ ਕਿਹੜੀ ਟੈਕਨੋਲੋਜੀ ਵੀ ਦੁਨੀਆ ਦੇ ਹੋਰ ਕਿਸੇ ਤਾਂ ਵਰਤੀ ਨਹੀਂ ਗਈ, ਕੈਨੇਡਾ ਤੋਂ ਲਿਆ ਰਹੇ ਹਾਂ ਜੀ। ਆਹ ਥੇਮਸ ਦਰਿਆ ਕਿਵੇਂ ਕਲੀਨ ਹੋਇਆ, ਸਿਆਨ ਕਿਵੇਂ ਕਲੀਨ ਹੋ ਰਿਹਾ ਪੈਰਿਸ ਦੇ ਵਿੱਚ, ਪੁੱਛ ਲਓ ਲਿਆਓ, ਦੱਸੋ ਕਿਵੇਂ ਕਰ ਰਹੇ ਹੋ। ਔਰ ਛੱਡੋ ਯਾਰ ਕਲੀਨ, ਜੋ ਗੰਦਾ ਕਰ ਰਹੇ ਹੈ ਜਿਨ੍ਹਾਂ ਨੂੰ ਤੁਸੀਂ ਖੁਦ ਨੋਟਿਸ ਦੇ ਚੁੱਕੇ ਹੋ ਉਹਨਾਂ ਨੂੰ ਕਿਉਂ ਨਹੀਂ ਰੋਕਦੇ? ਤੁਸੀਂ ਤਾਂ ਕਲੀਨ ਦੀ ਗੱਲ ਕਰ ਰਹੇ ਹੋ ਨਾ ਕਿ ਬਾਅਦ 'ਚ ਕਲੀਨ ਕਰਾਂਗੇ। ਜੋ ਗੰਦਾ ਕਰ ਰਹੇ ਨੇ, ਜੋ ਗੈਰ ਕਾਨੂੰਨੀ ਨੇ, ਨੈਸ਼ਨਲ ਪੋਲਿਊਸ਼ਨ ਬੋਰਡ ਵੱਲੋਂ ਵੀ ਅਤੇ ਪੰਜਾਬ ਪੋਲਿਊਸ਼ਨ ਬੋਰਡ ਵੱਲੋਂ ਵੀ, ਉਹਨੂੰ ਕਿਉਂ ਨਹੀਂ ਰੋਕ ਰਹੇ? ਸ਼ਰਿਆਮ ਪਾ ਰਹੇ ਨੇ ਜਿਹੜਾ, ਉਹਨਾਂ ਦੇ ਕੋਈ ਕੇਸ ਕਿਉਂ ਨਹੀਂ ਹੋ ਰਿਹਾ ਜਿਨ੍ਹਾਂ ਨੂੰ ਤੁਸੀਂ ਨੋਟਿਸ ਵੀ ਕੱਢੇ ਨੇ? ਨੋਟਿਸ ਤੋਂ ਫਰਦਰ ਵੀ ਕੁਛ ਕਰ ਲਓ, ਉਹ ਤਾਂ ਦੱਸੋ। ਐਡੀ ਬੇਸ਼ਰਮੀ ਯਾਰ, ਐਡੀ ਬੇਸ਼ਰਮੀ, ਔਰ ਐਡਾ ਸ਼ਰਿਆਮ ਕਤਲ, ਸ਼ਰਿਆਮ ਲੋਕਾਂ ਦੇ ਸਾਹਮਣੇ। ਆ ਜਾਓ ਜਮਾਲਪੁਰ ਦੇਖ ਲਓ ਕੀ ਹਾਲ ਹੈ, ਕੋਈ ਨਹੀਂ ਬੋਲ ਰਿਹਾ ਗਾ। 2 ਸਾਲ ਪਹਿਲਾਂ ਮੈਂ ਗਿਆ ਸੀ ਵਲੀਪੁਰ, ਅਤੇ ਮੈਂ ਉੱਥੇ ਘਰ ਘਰ ਗਿਆ, ਘਰ ਘਰ ਲੋਕਾਂ ਦੇ ਬੂਹੇ ਖੜਕਾਏ, ਅਤੇ ਹਰ ਘਰ 'ਚ ਮੈਨੂੰ ਕੈਂਸਰ ਦਾ ਪੇਸ਼ੈਂਟ ਆਇਆ ਨਜ਼ਰ ਆਇਆ। ਉਹ ਕਿਉਂਕਿ ਉਹ ਪਿੰਡ ਹੈ ਜਿੱਥੇ ਸਤਲੁਜ ਅਤੇ ਬੁੱਢਾ ਦਰਿਆ ਰਲਦੇ ਆ। ਗੌਸਪੁਰ ਹੈ ਉਹਦੇ ਨਾਲ ਹੀ, ਵਲੀਪੁਰ ਹੈ, ਆਹ ਮਾੜੀ ਮੁਸਤਫਾ ਹੈ ਇੱਥੇ ਮੋਗੇ ਕੋਲੇ, ਉੱਧਰ ਧਰਾਂਗ ਵਾਲਾ ਹੈ ਮਲੋਟ ਕੋਲੇ, ਇੱਧਰ ਹਮੀਰਾ ਪਿੰਡ ਹੈ ਕਪੂਰਥਲੇ ਕੋਲੇ, ਇੱਧਰ ਆ ਫਤਿਹਗੜ੍ਹ ਹੈਗਾ ਫਤਿਹਗੜ੍ਹ ਸਾਹਿਬ ਕੋਲੇ। ਕਿਹੜਾ ਪਿੰਡ ਦਾ ਨਾਂ ਲਵਾਂ ਮੈਂ? ਹੋਰ ਬੜੇ ਪਿੰਡ ਨੇ, ਕੁਛ ਤਾਂ ਮੁੱਖ ਮੰਤਰੀ ਨੇ ਵੀ ਗਿਣਾਤੇ ਸੀ। ਉਹ ਪਿੰਡਾਂ ਦੇ ਨਾਂ ਗਿਣਾਉਣ ਨਾਲ ਤਾਂ ਕੁਛ ਨਹੀਂ ਹੋਣਾ, ਉੱਥੇ ਕਰੋ ਵੀ ਕੁਛ। ਕਦੋਂ ਕਰੂੰਗੇ? ਕੌਣ ਕਰੂਗਾ? ਜਿਨ੍ਹਾਂ ਨੂੰ ਚੁਣਿਆ ਸੀ ਉਹ ਤਾਂ ਬੇਸ਼ਰਮ ਹੋ ਗਏ, ਪੈਸੇ ਲੈ ਕੇ ਚੁੱਪ ਕਰ ਗਏ, ਹੁਣ ਅਸੀਂ ਕਰਾਂਗੇ, ਲੋਕ ਕਰਨਗੇ। ਇੱਕ ਮੁੱਦੇ ਤੋਂ ਹਟ ਕੇ ਥੋੜ੍ਹਾ ਜਿਹਾ ਸਵਾਲ ਪੁੱਛਣਾ ਚਾਹੁੰਦਾ, ਕਿਉਂਕਿ ਲੁਧਿਆਣੇ ਦਾ ਵਸਨੀਕ ਆ, ਲੋਅ ਐਂਡ ਆਰਡਰ ਦੀ ਸਥਿਤੀ ਅਸੀਂ ਦੇਖ ਹੀ ਰਹੇ ਹਾਂ। ਇੱਕ ਪਾਸੇ ਅਸੀਂ ਇਹ ਵੀ ਦੇਖਦੇ ਪਏ ਹਾਂ ਵੀ ਜਬਰ ਜਨਾਹ ਦੇ ਮਾਮਲੇ ਵੀ ਪੰਜਾਬ 'ਚ ਲਗਾਤਾਰ ਵੱਧਦੇ ਜਾ ਰਹੇ ਨੇ, ਇਹ ਕਿਉਂ ਹੋ ਰਿਹਾ ਸਭ ਕੁਛ? ਚੋਰੀਆਂ, ਡਕੈਤੀਆਂ, ਜਬਰ ਜਨਾਹ, ਇਹ ਚੀਜ਼ਾਂ ਇਸ ਤਰੀਕੇ ਨਾਲ ਵੱਧ ਰਹੀਆਂ? ਜਦੋਂ ਤੁਹਾਡੀ ਇੱਛਾ ਸ਼ਕਤੀ ਸਿਰਫ ਰਾਜ ਕਰਨ ਦੀ ਹੋ ਜੇ, ਜਦੋਂ ਤੁਸੀਂ ਸਿਰਫ ਇਹ ਚੀਜ਼ ਕਰੋਗੇ, ਸਰਵਾਈਵਲ ਹੈ ਬਸ, ਭਲਾ ਲੰਮੇ ਪੈ ਕੇ ਸਰਵਾਈਵਲ ਹੋ ਜੇ, ਤਾਂ ਫਿਰ ਆਹੀ ਕੁਛ ਹੁੰਦਾ। ਹੁਣ ਇਹਨਾਂ ਨੇ ਮਕਸਦ, ਇਹਨਾਂ ਨੂੰ ਪਤਾ ਲੱਗ ਗਿਆ ਪੰਜਾਬ 'ਚ ਸਾਡਾ ਕੁਛ ਨਹੀਂ ਆਉਣਾ ਜਾਣਾ, ਹੁਣ ਲੁੱਟਣ 'ਤੇ ਲੱਗੇ ਹੋਏ ਨੇ, ਲੁੱਟ ਰਹੇ ਨੇ, ਬਸ ਦੈਟਸ ਆਲ। ਸੋ ਇਹ ਲੋਕਾਂ ਨੂੰ ਸੋਚਣਾ ਪਊਗਾ ਕਿ ਕੀ ਅਸੀਂ ਇਹਨਾਂ ਨੂੰ 2 ਸਾਲ ਹੋਰ ਬਰਬਾਦ ਕਰਨ ਨੂੰ ਦੇਵਾਂਗੇ।
ਜਾਂ ਅਸੀਂ ਕੁਛ ਚੀਜ਼ਾਂ 'ਚ ਆਪ ਅੱਗੇ ਵੱਧ ਕੇ ਹਿੱਸਾ ਲੈ ਕੇ ਇਹਨੂੰ ਰੋਕਾਂਗੇ। ਕੀ ਫੋਨ ਆਇਆ ਅੱਜ ਪ੍ਰੈਸ ਕਾਨਫਰੰਸ? ਤੁਸੀਂ ਮੈਸੇਜ ਪਾਤੇ ਸੀ ਗਰੁੱਪਸ ਦੇ ਵਿੱਚ, ਪਰ ਪ੍ਰੈਸ ਕਾਨਫਰੰਸ ਤੋਂ ਬਾਅਦ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਦੇ ਮੈਸੇਜ ਪਾਉਂਦੇ ਹੋ ਤਾਂ ਤੁਹਾਨੂੰ ਫੋਨ ਬੜੇ ਆਉਂਦੇ, ਉਹ ਕੀ ਫੋਨ ਸੀ? ਸਾਡੇ ਇੱਕ ਮੈਂਬਰ ਨੂੰ ਕਿਹਾ ਜਾਂਦਾ ਆ ਵੀ ਜਿਹੜੀ ਪ੍ਰੈਸ ਕਾਨਫਰੰਸ ਆ ਤੁਸੀਂ ਕਿਤੇ ਹੋਰ ਕਰ ਲਓ, ਤੁਸੀਂ ਕਮਿਸ਼ਨਰ ਦਫ਼ਤਰ ਦੇ ਬਾਹਰ ਕਰ ਲਓ, ਜਾਂ ਜਗ੍ਹਾ ਚੇਂਜ ਕਰਨ ਦੀ ਗੱਲ ਹੋਣ ਡਈ ਸੀ। ਕਿਉਂਕਿ ਇਹ ਦੇਖੋ, ਪਹਿਲਾਂ ਤਾਂ ਤੁਸੀਂ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਪਤਾ ਲੱਗਦਾ ਵੀ ਚੈਨਲ ਨੂੰ ਕਿਹਾ ਜਾਂਦਾ ਆ ਵੀ ਇਹਨਾਂ ਦੀ ਵੀਡੀਓ ਨਹੀਂ ਵਿਖਾਉਣੀ। ਚੈਨਲ ਵਾਲੇ ਕਈ ਵਾਰੀ ਆਪਣੀ ਡਿਊਟੀ ਕਰਦੇ ਹੋਏ ਫਿਰ ਆਊਟ ਟਾਈਮ 'ਤੇ ਦਿਖਾਉਂਦੇ ਵੀ ਆ, ਦੋਨੋਂ ਪਾਸੇ ਆਪਣਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਹੁਣ ਇੱਕ ਕਦਮ ਅੱਗੇ ਜਾ ਕੇ ਸਰਕਾਰ ਨੇ ਸਾਨੂੰ ਹੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਹੁਣ ਤੁਸੀਂ ਨਾ ਇਸ ਕਾਲੇ ਪਾਣੀ ਦੀ ਗੱਲ ਵੀ ਕਰਨੀ ਬੰਦ ਕਰ ਦਿਓ। ਲੋਕ ਤਾਂ ਸਾਨੂੰ ਇਹ ਪੁੱਛਦੇ ਆ ਵੀ ਕੀ ਸਰਕਾਰ ਨੇ ਤੁਹਾਡੇ ਨਾਲ ਗੱਲਬਾਤ ਕੀਤੀ। ਆ ਹੁਣ ਲੋਕਾਂ ਨੂੰ ਤੁਹਾਡੇ ਥਰੂ ਦੱਸ ਦਿੰਦੇ ਹਾਂ ਵੀ ਜੀ ਸਰਕਾਰ ਨੇ ਸਾਡੇ ਨਾਲ ਆਹੀ ਗੱਲਬਾਤ ਕੀਤੀ ਆ ਵੀ ਇਹ ਗੱਲਾਂ ਹੁਣ ਨਾ ਕਰਿਆ ਕਰੋ। ਕਾਲਾ ਪਾਣੀ ਜਿਹੜਾ ਪੰਜਾਬ ਦੇ ਲੋਕ ਪੀਣ ਡਏ ਆ ਇਹਦੀ ਗੱਲ ਜਿਹੜੀ ਆ ਗੱਲ ਕਰਨੀ ਵੀ ਬੰਦ ਕਰ ਦਿਓ। ਹਾਂ, ਤਾਂ ਇਹ ਸਰਕਾਰ ਨੇ ਸਾਡੇ ਨਾਲ ਰਾਬਤਾ ਕੀਤਾ ਆ ਜਿਹਦੀ ਅਸੀਂ ਨਿਖੇਧੀ ਕਰਦੇ ਹਾਂ। ਇਸ ਲਈ ਪੰਜਾਬ ਸਰਕਾਰ ਮੁਰਦਾਬਾਦ ਦੇ 3 ਨਾਰੇ ਅੱਜ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜਾ ਆ ਉਹ ਟੀਮ ਨੇ ਲਾਏ ਆ। ਹੁਣ ਅਸਲ ਦੇ ਵਿੱਚ ਨੁਕਸਾਨ ਕੀ ਹੋ ਰਿਹਾ, ਮੈਂ ਇਹ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਜਾਣਨਾ ਚਾਹਾਂਗਾ ਤਾਂ ਦਰਸ਼ਕਾਂ ਨੂੰ ਵੀ ਪਤਾ ਲੱਗ ਸਕੇ, ਜਿਹੜੇ ਸਾਡੇ ਵਿਊਅਰਸ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ। ਕਿਉਂਕਿ ਲੋਕ ਸੁਣਦੇ ਨੇ ਹਾਂ ਬੁੱਢੇ ਨਾਲੇ ਕਰਕੇ ਨੁਕਸਾਨ ਹੋ ਰਿਹਾ, ਪਰ ਬੁੱਢਾ ਨਾਲਾ ਕਿਉਂ ਗੰਦਾ ਹੋ ਰਿਹਾ? ਕਿਉਂਕਿ ਕੋਵਿਡ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਬੁੱਢਾ ਨਾਲਾ ਜਮ੍ਹਾਂ ਸਾਫ਼ ਹੋ ਜਾਂਦਾ, ਪੰਜਾਬ 'ਚ ਹੜ੍ਹ ਆਉਂਦੇ ਆ ਤਾਂ ਬੁੱਢਾ ਨਾਲਾ ਸਾਫ਼ ਹੋ ਜਾਂਦਾ, ਬੁੱਢਾ ਨਾਲਾ ਕਿਉਂ ਗੰਦਾ ਹੋ ਰਿਹਾ? ਅਤੇ ਉਸਦੇ ਕਰਕੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਕੀ ਬਿਮਾਰੀ ਫੈਲ ਰਹੀ ਹੈ? ਦੇਖੋ, ਬੁੱਢੇ ਨਾਲੇ ਦੇ ਗੰਦੇ ਹੋਣ ਦਾ ਕਾਰਨ ਇਹ ਹੈ ਵੀ ਇਹ ਸਾਡਾ ਸਾਂਝਾ ਸਰਮਾਇਆ ਸੀ, ਸਤਲੁਜ ਆ ਚਾਹੇ ਬੁੱਢਾ ਦਰਿਆ ਆ, ਪਰ ਹੁਣ 300 ਡਾਈਂਗ ਵਾਲੇ ਇਹਨੂੰ ਇੱਕ ਕੂੜੇਦਾਨ ਦੇ ਤੌਰ 'ਤੇ ਵਰਤਣ ਡਏ ਆ। ਜੋ ਮਰਜ਼ੀ ਰੰਗਿਆ, ਜਿੰਨੀਆਂ ਜ਼ਹਿਰਾਂ ਨੇ, ਯਕੀਨ ਮੰਨਿਓ ਜਿੱਦਣ ਅਸੀਂ ਆ ਰਿਹਸਲ ਕੀਤੀ ਆ ਆਪਣੀ, ਅਸੀਂ ਉੱਥੇ ਬੰਨ ਮਾਇਆ ਉੱਦਣ ਰਾਤ ਨੂੰ, ਉੱਦਣ ਉੱਥੋਂ ਦਾ ਮਾਹੌਲ ਇਹ ਸੀ ਵੀ ਉੱਤੋਂ ਸਵਾਹ ਡਿੱਗਦੀ ਸੀ, ਪਾਣੀ ਦੇ ਵਿੱਚੋਂ ਗਰਮ ਗੈਸਾਂ ਨਿਕਲਦੀਆਂ ਸੀ ਅਤੇ ਬੁੱਢੇ ਦਰਿਆ ਦੇ ਵਿੱਚੋਂ ਫਿਊਮਸ ਨਿਕਲਦੀਆਂ ਸੀ। ਲੈ ਵੀ ਇਹ ਸਟੱਡੀ ਕਰਾ ਲੈਣ, 6 ਮਹੀਨੇ ਦੇ ਜੰਮੇ ਜਵਾਕ ਦੇ ਵਿੱਚ ਜੇ ਕੈਂਸਰ ਨਾ ਟ੍ਰਿਗਰ ਹੋ ਜੇ, ਇਹੋ ਜਿਹੇ ਹਾਲਾਤ ਹੈ। ਸਾਡੇ ਵਾਲਾ ਡੀ ਸੀ ਤਿਆਰੀ ਕਰੀ ਫਿਰਦਾ, ਇੱਕ ਰਾਤ ਜਾ ਕੇ ਤਾਂ ਵੇਖਿਓ ਉੱਥੇ ਕੀ ਮਾਹੌਲ ਹੈ। ਇੱਕ ਜਿਹੜੀ ਐਮਰਜੈਂਸੀ ਹੁੰਦੀ ਆ ਉੱਥੇ ਉਹ ਹਾਲਾਤ ਆ, ਅਸੀਂ ਦੋ ਦੋ ਕੱਪੜੇ ਮੂੰਹ 'ਤੇ ਬੰਨੇ ਹੋਏ ਸੀ ਔਰ ਸਾਡੀਆਂ ਅੱਖਾਂ ਔਰ ਸਾਡਾ ਗਲਾ ਹੁਣ ਵੀ ਜਿਹੜਾ ਆ ਫਿਰ ਵੀ ਉਹ ਜਿਹੜਾ ਸਾਡੀ ਜਿਹੜੀ ਮਿਊਕਸ ਲਾਈਨਿੰਗ ਆ ਉਹਦੇ ਨਾਲ ਫਿਰ ਵੀ ਉੱਖੜੀ ਪਈ ਆ। ਇਹੋ ਜਿਹਾ ਖਤਰਨਾਕ ਹਾਲਾਤ ਆ ਔਰ ਇਹ ਪਾਣੀ ਸਾਡੇ ਜਵਾਕ ਪੀਣ ਡਏ ਆ। ਬਿਮਾਰੀਆਂ ਦੀਆਂ ਗੱਲਾਂ ਅਸੀਂ ਬਹੁਤ ਵਾਰੀ ਕਰ ਚੁੱਕੇ ਹਾਂ, ਜਿਹੜਾ ਖਤਰਾ ਇਹ ਹੈ ਵੀ ਸਾਰੇ ਤਰ੍ਹਾਂ ਦੀ ਪੰਜਾਬ ਦੇ ਵਿੱਚ ਨਾ ਪੰਜਾਬ ਨੂੰ ਤਾਂ ਤੁਸੀਂ ਫੈਕਟਰੀ ਸਥਾਨ ਬਣਾਉਣਾ ਚਾਹੁੰਦੇ ਹੋ, ਰਹਿਣ ਵਾਲੇ ਪੰਜਾਬ ਦੀ ਕੋਈ ਗੱਲ ਨਹੀਂ ਕਰਨ ਡਿਆ। ਉਹ ਵੀ ਅਸੀਂ ਰਹਿਣਾ ਵੀ ਆ, ਅਸੀਂ 47 'ਚ 36 ਜ਼ਿਲ੍ਹੇ ਦੇ ਉੱਤੇ, ਹੁਣ ਸਾਡੇ ਲੋਕ ਤਕਰੀਬਨ 60 ਲੱਖ ਆ, ਕੱਲ੍ਹ ਨੂੰ 10 ਸਾਲ ਨੂੰ 1 ਕਰੋੜ ਲੋਕ ਹੋ ਜਾਣਗੇ ਜਿਹੜੇ ਪੰਜਾਬ ਦੇ ਵਿੱਚ ਆਪਣੇ ਘਰ ਵਾਪਸ ਆਉਣਗੇ। ਉਹਨਾਂ ਨੇ ਨੋਇਡਾ ਗੁੜਗਾਉਂ ਦਿੱਲੀ ਤੋਂ ਕੀ ਲੈਣਾ, ਉਹ ਆਪਣੇ ਘਰ ਮੁੜਦੇ ਨੇ ਜਿੱਥੇ ਮਰਜ਼ੀ ਕਮਾਉਂਦੇ ਹੋਣ। ਤੁਸੀਂ ਪੰਜਾਬ ਨੂੰ ਸਾਡੇ ਜਿਹੜੇ ਬਚੇ ਹੋਏ 13-14 ਜ਼ਿਲ੍ਹੇ ਆ 13, ਉਹਨੂੰ ਤੁਸੀਂ ਸਾਡੇ ਰਹਿਣ ਲਾਇਕ ਵੀ ਰੱਖਣਾ ਨਹੀਂ ਚਾਹੁੰਦੇ। ਅੱਜ ਦੀ ਜਿਹੜੀ ਲੜਾਈ ਹੈ, ਇੱਕ ਪੰਜਾਬ ਦੀ ਜਿਹੜੀ ਈਕੋਸਾਈਡ ਹੋਇਆ, ਨਸਲਕੁਸ਼ੀ ਹੋਈ ਹੈ, ਇੱਕ ਤਾਂ ਸਾਡੀ ਪੰਜਾਬੀ ਜਿਹੜੀ ਐਥਨੀਸਿਟੀ ਆ ਉਹ ਬਾਜੇ, ਦੂਜਾ ਸਾਡਾ ਰਹਿਣ ਲਈ ਪੰਜਾਬ ਬਾਜੇ। ਅੱਜ ਇੰਡਸਟਰੀ ਜਗ੍ਹਾ ਜਗ੍ਹਾ 'ਤੇ ਪਾਣੀ ਥੱਲੇ ਮਾਰ ਕੇ ਪਾਰਕ ਪਲਾਜ਼ਾ 'ਚ ਬਹਿੰਦੀ ਕਹਿਣ ਡਈ ਆ ਵੀ ਅਸੀਂ ਪੰਜਾਬ ਛੱਡ ਕੇ ਚੱਲ ਜਾਣਾ, ਉਹ ਅਸੀਂ ਤਾਂ ਤੁਹਾਨੂੰ ਹੱਥ ਜੋੜ ਕੇ ਧੰਨਵਾਦ ਕਰਾਂਗੇ, ਗਏ ਕਦੇ ਹੈ ਨਹੀਂ। ਮਾਂਗੜ ਪਿੰਡ ਭਰ ਦਿੱਤਾ, ਮਾਛੀਆੜੇ ਦੇ ਜੰਗਲਾਂ ਦੀ ਗੱਲ ਅਸੀਂ ਕਰਦੇ ਸੀ, ਅੱਜ ਉਹ ਫੈਕਟਰੀਆਂ ਨੇ ਉੱਥੇ, ਤਾਂ ਸਾਰਾ ਪੰਜਾਬ ਹੀ ਫੈਕਟਰੀ ਸਥਾਨ ਦੇ ਵਿੱਚ ਬਦਲਣ ਦੀ ਗੱਲ ਹੋਣ ਡੈ ਪਈ ਆ। ਅਸੀਂ ਉਸ ਚੀਜ਼ ਨੂੰ ਰੋਕਣਾ ਚਾਹੁੰਦੇ ਹਾਂ, ਇਹ ਸਾਡਾ ਆਲਣਾ ਆ, ਅਸੀਂ ਇੱਥੇ ਰਹਿਣਾ ਆ। ਉਹ ਜਦੋਂ ਅਸੀਂ ਮੰਗਦੇ ਹੀ ਨਹੀਂ ਕੋਈ ਨੌਕਰੀ, ਨਾ ਸਰਕਾਰੀ ਮੰਗੀਏ, ਨਾ ਤੁਹਾਡੇ ਤੋਂ ਮੰਗੀਏ, ਨਾ ਤੁਸੀਂ ਦਵੋ,
ਪਾਣੀ ਤੁਸੀਂ ਸਾਡਾ ਖੋਲੋ ਅਤੇ ਬਿਨਾਂ ਕਿਡਨੀ ਵਾਲੇ ਨੂੰ ਸਰਕਾਰ ਨੌਕਰੀ ਨਹੀਂ ਦਿੰਦੀ, ਅਸੀਂ ਕੀ ਕਰਨਾ, ਅਸੀਂ ਮਰਦੇ ਕੀ ਨਹੀਂ ਕਰਦੇ। ਹੁਣ ਅੱਜ ਅਸੀਂ ਕਲੀਅਰ ਕਹਿਤਾ ਸਰਕਾਰ ਨੂੰ, ਇਹ ਜਿਹੜੇ 2 ਪੁਆਇੰਟ ਆ ਤਾਜਪੁਰ ਵਾਲਾ ਅਤੇ ਜਿਹੜਾ ਫੋਕਲ ਪੁਆਇੰਟ ਵਾਲਾ ਸੀ ਟੀ ਪੀ ਹੈ, ਇਹ ਪੁਆਇੰਟ 3 ਦਸੰਬਰ ਨੂੰ ਬੰਦ ਹੋਣਗੇ। ਸਰਕਾਰ ਨੇ ਰੋਕਣਾ, ਪੁਲਿਸ ਨੇ ਰੋਕਣਾ, ਜਿਨ੍ਹਾਂ ਨੇ ਰੋਕਣਾ ਜਿੱਥੇ ਮਰਜ਼ੀ ਆ ਜਾਣਾ। ਇੱਕ ਇਹ ਵੀ ਗੱਲ ਹੈ, ਕਹਿੰਦੇ ਐਨ ਜੀ ਟੀ ਨੇ ਵੀ ਆਰਡਰ ਕੀਤਾ ਹੈ ਕੁਛ ਕੁ ਡਾਇੰਗਸ ਬੰਦ ਕਰਨ ਦਾ, ਇਹ ਕੀ ਉਹ ਬੰਦ ਕਰਨ ਦਾ ਕੀ ਆਰਡਰ ਹੈ? ਵਿਧਾਨ ਸਭਾ ਦੇ ਵਿੱਚ ਵੀ ਗੱਲਾਂ ਹੋਈਆਂ ਸੀ। ਉਹ ਗੱਲ ਇਹ ਹੈ ਜੀ, ਹੁਣ ਉਹ ਬਹੁਤ ਸੋਹਣਾ ਆਰਡਰ ਆ, ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਨੇ ਕਿਹਾ ਵੀ ਇਹ ਜਿਹੜਾ ਪਾਣੀ ਹੈ ਇਹ ਤਾਂ ਬੁੱਢੇ ਦਰਿਆਨਾ ਪੁਆਇੰਟ ਜੁੜਿਆ ਹੀ ਨਹੀਂ ਹੋਣਾ ਚਾਹੀਦਾ। ਇਹ ਪਿਛਲੇ 12 ਸਾਲਾਂ ਤੋਂ ਇਹ ਜ਼ਹਿਰੀਲੇ ਪਾਣੀ ਨਾਲ ਲੋਕ ਮਾਰੀ ਜਾਂਦੇ ਆ। ਹੁਣ ਅਸੀਂ ਜਾਵਾਂਗੇ ਨਾ, ਇਹਨਾਂ ਦੇ ਉੱਤੇ ਕੰਪਨਸੇਸ਼ਨ ਪਾਵਾਂਗੇ ਕੋਰਟ ਦੇ ਥਰੂ, ਜਿਹੜੇ ਇਹਨਾਂ ਨੇ ਡੈਮੇਜ ਕੀਤਾ। ਹੁਣ ਸੈਂਟਰ ਪੋਲਿਊਸ਼ਨ ਕੰਟਰੋਲ ਦਾ ਇੱਕ ਬਾਈਂਡਿੰਗ ਆਰਡਰ ਆ ਜਿਹਨੂੰ ਮੰਨਣਾ ਪੰਜਾਬ ਪੋਲਿਊਸ਼ਨ ਕੰਟਰੋਲ ਲਈ ਜ਼ਰੂਰੀ ਆ। ਉਹਦੇ ਵਿੱਚ ਹੁਣ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਕਹਿਤਾ ਵੀ ਤੁਸੀਂ ਉਹ ਕਨੈਕਸ਼ਨ ਜਿਹੜੇ ਆ ਬੰਦ ਕਰੋ ਜਿੱਥੇ ਅਸੀਂ ਰਿਹਰਸਲ ਕੀਤੀ, ਅਸੀਂ ਬੰਦ ਕਰਨਾ। ਹੁਣ ਪੰਜਾਬ ਸਰਕਾਰ ਪੋਲਿਊਸ਼ਨ ਕੰਟਰੋਲ ਬੋਰਡ, ਇਹ ਤਾਂ ਇਹਨਾਂ ਦੀ ਡਿਊਟੀ ਹੈ ਨਾ ਵੀ ਹੁਣ ਇਹਨਾਂ ਨੇ ਵੇਖਣਾ ਨਾ ਸਾਡੇ ਪੀਣ ਵਾਲੇ ਪਾਣੀ 'ਚ ਜ਼ਹਿਰ ਪੈਣ ਡਿਆ ਆ, ਪਰ ਸਰਕਾਰ ਇਸ ਵੇਲੇ ਹਿੰਮਤ ਨਹੀਂ ਰੱਖਦੀ ਵੀ ਉਸ ਪੁਆਇੰਟ ਨੂੰ ਬੰਦ ਕਰ ਦੇ। ਕਾਰਨ ਗੋਗੀ ਕਹਿੰਦਾ ਬੁੱਢਾ ਦਰਿਆ ਅਸੀਂ ਵਾਰ ਵਾਰ ਸਾਫ਼ ਕਰੀ ਜਾਣਾ ਡਾਇੰਗ ਵਾਲੇ ਨਾਲ ਲੈ ਕੇ, ਪਰ ਉਸੇ ਡਾਇੰਗ ਵਾਲਿਆਂ ਦਾ ਪਾਣੀ ਪੈਣਾ ਨਹੀਂ ਰੋਕਣਾ। ਇਹ ਹਾਲਾਤ ਨੇ, ਮਜ਼ਾਕ ਬਣਾ ਦਿੱਤਾ, ਅਸੀਂ ਆਪ ਤੁਰਾਂਗੇ ਜੀ, ਆਪ ਤੁਰਾਂਗੇ, ਆਪ ਬੰਨ ਮਰਾਂਗੇ। ਆ ਜਿਹੜੀਆਂ ਫੈਕਟਰੀਆਂ ਨੇ, ਹੁਣ ਕੱਲ੍ਹ ਸੁਣਿਆ ਵੀ ਇਹਨਾਂ ਦੇ ਫੈਕਟਰੀਆਂ ਨੂੰ ਬੰਦ ਕਰਨ ਦਾ ਆਰਡਰ ਵੀ ਹੋ ਰਿਹਾ, ਆਰਡਰ ਲਿਖਤੀ ਆਰਡਰ ਹੋ ਚੁੱਕੇ ਆ, ਪਰ ਜਿੰਨੀ ਦੇਰ ਉੱਥੇ ਧੂੰਆਂ ਨਿਕਲੀ ਜਾਂਦਾ ਆ ਉਨੀ ਦੇਰ ਸਾਡੇ ਘਰ ਜਿਹੜੇ ਆ ਸੜੀ ਜਾਣ ਡਏ ਆ, ਉਹ ਰੁਕਣੇ ਚਾਹੀਦੇ ਆ। ਪੰਜਾਬ ਸਰਕਾਰ ਵੀ ਲੱਗਦਾ ਨਹੀਂ ਐਕਟਿਵ ਹੋਈ ਹੈ, MLA ਲੁਧਿਆਣੇ ਦੇ MLA ਜਿਹੜੇ ਗੋਗੀ ਨੇ ਉਹ ਬੇੜੀ ਲੈ ਕੇ ਜਾ ਰਹੇ ਨੇ, ਦੂਜੇ ਪਾਸੇ DC ਦੇ ਵੀ ਕੁਛ DC ਸਾਹਿਬਾਨ ਜਿਹੜੇ ਨਵੇਂ ਆਏ ਆ ਉਹ ਵੀ ਉੱਥੇ ਜਾਇਜ਼ਾ ਲੈਣ ਪਹੁੰਚਦੇ ਨੇ। ਦੇਖੋ ਜਿੱਥੇ ਤੱਕ ਗੋਗੀ ਦੀ ਗੱਲ ਹੈ, ਗੋਗੀ ਤਾਂ ਸ਼ਰੇਆਮ ਡਾਇੰਗ ਵਾਲੇ ਪਾਸੇ ਖੜਾ, ਔਰ ਇਸ ਚੀਜ਼ ਦੀ ਅਸੀਂ ਤਾਰੀਫ ਕਰਦੇ ਹਾਂ, ਕਿਉਂ ਪਤਾ ਤਾਂ ਸਾਨੂੰ ਲੱਗ ਗਿਆ ਨਾ ਵੀ ਕਿਹੜਾ ਕਿਹੜੇ ਪਾਸੇ ਖੜਾ, ਉਹ ਡਾਇੰਗ ਵਾਲੇ ਪਾਸੇ ਖੜਾ, ਸਾਨੂੰ ਉਹਦੇ ਨਾਲ ਕੋਈ ਲਾਂਭਾ ਨਹੀਂ। ਅਸੀਂ ਹੁਣ ਜਿਹੜੀ ਲੜਾਈ ਲੜਦੇ ਪਏ ਹਾਂ, ਵਿੱਚ ਹੀ ਡਾਇੰਗ ਹੈ, ਵਿੱਚ ਹੀ ਇਲੈਕਟ੍ਰੋਪਲੇਟਿੰਗ ਹੈ, ਵਿੱਚ ਹੀ ਡੇਰੀ ਵਾਲੇ ਨੇ, ਅਤੇ ਵਿੱਚ ਹੀ ਗੋਗੀ ਹੈ, ਔਰ ਵਿੱਚ ਹੀ ਇਹੋ ਜਿਹੀ ਪੋਲੀਟੀਕਲ ਕਲਾਸ ਹੈ। ਜੇ ਮੁੱਖ ਮੰਤਰੀ ਨਹੀਂ ਮੰਨਦਾ ਜਾਂ ਇਹ ਸਰਕਾਰ ਨਹੀਂ ਮੰਨਦੀ, ਫਿਰ ਇਹ ਵੀ ਸਰਕਾਰ ਆਜਵੇ ਮੂਹਰੇ ਆ ਹੀ ਜਾਣਾ ਨਾ, ਫਿਰ ਇਹਨਾਂ ਨਾਲ ਵੀ ਲੜਾਂਗੇ। ਪਿੱਛੇ ਅੱਜ ਦੇਖ ਰਿਹਾ ਮੈਂ ਪੁਲਿਸ ਕਰਮੀ ਬੜੇ ਵੱਡੇ ਵੱਡੇ ਲੈਵਲ ਦੇ, DSP ਲੈਵਲ ਦੇ, ACP ਲੈਵਲ ਦੇ ਅੱਜ ਖੜੇ ਨੇ ਇੱਥੇ, ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਨ ਆਏ, ਅਤੇ ਇਹ ਨਹੀਂ ਵੀ ਫੋਰਸਿਸ ਐਂਟੀ ਰੋਇਡ ਫੋਰਸ, ਇਹਨਾਂ ਦੀ ਸੁਣ ਲਓ, ਇਹ ਜਿਹੜਾ ਸਾਡਾ ਲੁਧਿਆਣੇ ਦਾ ਐਡਮਿਨਿਸਟ੍ਰੇਸ਼ਨ ਆ ਨਾ, ਇਹ ਕਹਿੰਦਾ ਜੀ ਪੁਲਾਂ ਥੱਲੇ ਨਾ ਪ੍ਰੈਸ ਕਾਨਫਰੰਸ ਨਹੀਂ ਹੋ ਸਕਦੀ, ਪਰ ਪੁਲਾਂ ਥੱਲੇ BD ਪਾਉਣ ਦੇ ਖੋਖੇ ਲੱਗ ਸਕਦੇ ਆ, ਉਹ ਸਟੇਡੀਅਮ 'ਚ ਵੀ ਲੱਗ ਸਕਦੇ ਆ, ਉਹ ਸਾਹਮਣੇ ਇੱਕ ਬੁੱਤ ਆ ਉਹਦੇ 'ਤੇ ਵੀ ਲੱਗ ਸਕਦਾ, ਆ ਸਾਹਮਣੇ ਪਾਰਕ ਹੈ, ਪਾਰਕ ਦੇ ਅੰਦਰ ਵੀ ਉਹ ਲੋਕ ਗੁਜਰਾਤ ਦੀਆਂ ਪਾਰਕਾਂ ਦੇ ਅੰਦਰ ਦੁੱਧ ਵੇਚਦਾ ਆ, ਇੱਥੋਂ ਪਰੇ ਤੱਕ 6 ਪਾਉਣ ਵਾਲੇ ਖੋਖੇ ਨੇ, ਕਿਸੇ DC ਨੂੰ ਖੋਖਾ ਨਹੀਂ ਵਿਖਿਆ, ਅਤੇ ਅੱਜ ਇੱਥੇ DCP ਕਹਿੰਦਾ ਵੀ ਪ੍ਰੈਸ ਕਾਨਫਰੰਸ ਨਹੀਂ ਕਰਨੀ, ਇਹਦੇ ਨਾਲ ਮਾਹੌਲ ਖਰਾਬ ਹੁੰਦਾ। ਉਹ ਜੇ ਇਹਨਾਂ ਦੇ ਵਿੱਚ ਤਾਕਤ ਆ, ਰੱਬ ਨੇ ਇਹਨਾਂ ਨੂੰ ਚੰਗੀ ਕੁਰਸੀ 'ਤੇ ਬਹਾਤਾ ਆ, ਅਤੇ ਆ ਪਾਨ ਬੀੜੀ ਵਾਲੇ ਖੋਖੇ ਚੱਕ ਕੇ ਵਿਖਾਉਣ। ਇਹੋ ਜਿਹੀਆਂ ਚੀਜ਼ਾਂ ਨਹੀਂ, ਜੇ ਤੁਸੀਂ ਪਾਣੀ ਦੀ ਗੱਲ ਕਰਦੇ ਉਹ ਨਹੀਂ ਤੁਸੀਂ ਕਰ ਸਕਦੇ ਨਾ ਜੀ, ਨਾ 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 ਨਾ, ਪੰਜਾਬ ਦੇ ਵਿੱਚ ਚਿੱਟਾ ਵਿਕੇ, ਪੰਜਾਬ ਦੇ ਵਿੱਚ ਘਰ ਘਰ ਕਾਲਾ ਪਾਣੀ ਜਾਵੇ, ਸਰਕਾਰ ਨੂੰ ਕੋਈ ਤਕਲੀਫ ਨਹੀਂ। ਸਰਕਾਰ ਕਹਿੰਦੀ ਇਹਦੇ ਬਾਰੇ ਗੱਲਬਾਤ ਨਾ ਕਰੋ, ਸਰਕਾਰ ਨੂੰ ਤਕਲੀਫ ਇਸ ਗੱਲ ਦੀ ਆ, ਵੱਡੀ ਗੱਲ ਜਿਹੜੀ ਆ ਉਹ ਇਹ ਹੈ। ਪਰ ਇਹ ਗੱਲ ਹੈ ਵੀ ਇਸ ਮੁੱਦਿਆਂ 'ਤੇ ਸਰਕਾਰ ਵੀ ਐਕਟਿਵ ਰਹੀ ਹੈ, ਸਰਕਾਰ ਵੀ ਇਹਨਾਂ ਮੁੱਦਿਆਂ ਬਾਰੇ ਗੱਲ ਕਰਦੀ ਰਹੀ ਹੈ, ਸਰਕਾਰ ਵੀ ਕਹਿ ਰਹੀ ਹੈ ਅਸੀਂ ਕੁਛ ਨਾ ਕੁਛ ਕਰ ਰਹੇ ਹਾਂ, ਸਰਕਾਰ ਇੰਨੀ ਗੱਲ ਵੀ ਕਹਿ ਦਿੰਦੀ ਹੈ ਵੀ ਜਿਹੜਾ ਥੱਲੜਾ ਢਾਂਚਾ ਹੈ
ਉਹ ਹਜੇ ਬਦਲਿਆ ਨਹੀਂ, ਉਹ ਉੱਦਾਂ ਦਾ ਹੀ ਆ। ਅਸੀਂ ਤਾਂ ਸਭ ਕੁਝ ਕਰਨ ਲਈ ਤਿਆਰ ਹਾਂ, ਸਾਡੇ ਅਫਸਰ ਕਈ ਵਾਰੀ ਸਾਨੂੰ ਦੇਖੋ, ਕੋਈ ਵੀ ਸਰਕਾਰ ਜਿੱਤੂਗੀ ਉਹਨੂੰ 5 ਹੀ ਸਾਲ ਮਿਲਣੇ ਆ, ਅਤੇ ਇਹ ਤਾਂ ਬਹਾਨਾ ਸਾਰਿਆਂ ਕੋਲ ਆ ਵੀ ਪਹਿਲਾਂ 2.5 ਮੈਨੂੰ ਐਕਸਪੀਰੀਅੰਸ ਸਰਟੀਫਿਕੇਟ ਲਈ ਦੇ ਦਿਓ, ਅਗਲੇ 2.5 ਮੈਨੂੰ ਅਗਲੀਆਂ ਚੋਣਾਂ ਲਈ ਦੇ ਦਿਓ, ਜਾਂ ਬਾਕੀ ਸਟੇਟਾਂ ਜਾਣ ਲਈ ਦੇ ਦਿਓ। ਦੇਖੋ, ਮੁੱਖ ਮੰਤਰੀ ਨੂੰ ਐਂ ਲੱਗਦਾ ਵੀ ਜਿਵੇਂ ਮੈਂ ਨਹੀਂ ਨਾ ਬੋਲਦਾ ਦਿੱਲੀ ਵਾਲਿਆਂ ਮੂਹਰੇ, ਉੱਦਾਂ ਹੀ ਪੰਜਾਬ ਵਾਲੇ ਲੋਕ ਵੀ ਚੋਪੀ ਨੇ। ਉਹ ਪੰਜਾਬ ਵਾਲੇ ਲੋਕ ਘੁੱਗੂ ਥੋੜ੍ਹੀ ਆ, ਪੰਜਾਬ ਵਾਲੇ ਲੋਕ ਕਿਸੇ MLA ਤੋਂ ਸਰਕਾਰ ਤੋਂ ਉਮੀਦ ਨਹੀਂ ਰੱਖਦੇ, ਪੰਜਾਬ ਦੇ ਲੋਕ ਆਪਣਾ ਆਪ ਸਵਾਰ ਸਕਦੇ ਆ। ਇਸੇ ਲਈ ਪੰਜਾਬ ਦੇ ਲੋਕਾਂ ਨੇ ਸਾਨੂੰ ਹੌਸਲਾ ਦਿੱਤਾ, ਅਸੀਂ ਤਰੀਕਾਂ ਦੇ ਦਿੱਤੀਆਂ, ਅਸੀਂ ਆਪਣਾ ਆਪ ਸਵਾਰ ਲਾਂਗੇ, ਇਹਨਾਂ ਤੋਂ ਬਹੁਤੀ ਉਮੀਦ ਨਹੀਂ ਰੱਖਦੇ। ਹਾਂ, ਜੇ ਇਹ ਲੋਕ ਕੁਛ ਸਵਾਰਦੇ ਨੇ, ਸਾਡਾ ਐਡਾ ਦਿਲ ਹੈਗਾ, ਅਸੀਂ ਧੰਨਵਾਦ ਜ਼ਰੂਰ ਕਰਾਂਗੇ ਇਹਨਾਂ ਦਾ। ਗੱਲ ਐਵੇਂ, ਹੁਣ ਆਹ ਮੋਰਚੇ ਦਾ ਐਲਾਨ ਕਰ ਦਿੱਤਾ, ਤੁਸੀਂ ਡੇਟ ਵੀ ਦੇ ਦਿੱਤੀ ਆ, ਡੇਟਸ ਬਦਲਦੀਆਂ ਨਹੀਂ ਆ, ਪਹਿਲਾਂ ਸਪਤੰਬਰ 'ਤੇ ਆਈ, ਹੁਣ ਆਹ ਲਾ ਅੱਜ ਦਾ ਦਿਨ ਦਿੱਤਾ ਸੀਗਾ ਵੀ ਅੱਜ ਅਸੀਂ ਇਕੱਠ ਕਰਾਂਗੇ, ਹੁਣ ਇੱਕ ਹੋਰ 3 ਦਸੰਬਰ ਆ ਗਈ, ਹੁਣ ਇਹ ਤਾਂ ਨਹੀਂ 3 ਦਸੰਬਰ ਡੇਟ ਬਦਲ ਜਾਏਗੀ? ਨਹੀਂ, ਦੇਖੋ ਤੁਹਾਨੂੰ ਇਹ ਸਮਝਣਾ ਪਊਗਾ ਵੀ ਅਸੀਂ ਤਾਂ ਇੱਕ ਜੰਗ ਜਾਂ ਇੱਕ ਲੜਾਈ ਲੜਦੇ ਪਏ ਹਾਂ, ਉਸ ਲੜਾਈ ਦੇ ਵਿੱਚ ਬਹੁਤ ਵਾਰੀ ਹੋ ਸਕਦਾ ਡੇਟ ਇੱਕ ਅੱਧੇ 'ਤੇ ਨੱਗੇ ਕਰਨੀ ਪਵੇ। ਜਿਹੜੀ ਹੁਣ ਤਰੀਕ ਦਿੱਤੀ ਹੈ ਉਹ ਅਸੀਂ ਰਿਹਰਸਲ ਆਪਣੀ ਕਰਕੇ ਦਿੱਤੀ ਹੈ, 3 ਤਰੀਕ ਨੂੰ ਹੋ ਸਕਦਾ 5 ਕਰ ਦਈਏ। ਵੈਸੇ ਤੁਹਾਡੇ ਸਵਾਲ ਦੇ ਵਿੱਚ ਗੱਲ ਆ, ਅਸੀਂ ਤਾਂ ਤਰੀਕ ਦੇ ਦਿੱਤੀ ਆ, ਉਹਨੂੰ ਅਸੀਂ ਗਲਤੀ ਮੰਨ ਲਾਂਗੇ ਜੀ, 3 ਵਾਲੀ 5 ਨੂੰ ਅਸੀਂ ਬੰਨ ਮਾਰਿਆ, ਪਰ ਜਿਹੜਾ ਸਾਡਾ ਮੇਨ ਮੁੱਦਾ ਆ ਅਸੀਂ ਬੰਨ ਮਾਰਨ ਦਾ, ਉਹ ਅਸੀਂ ਲੋਕਾਂ ਨੂੰ, ਲੋਕਾਂ ਦੇ ਲਈ, ਆਪਣੇ ਲਈ, ਲੋਕਾਂ ਲਈ ਵੀ ਕਿਉਂ ਨਹੀਂ, ਆਪਣੇ ਨਿਆਣਿਆਂ ਦੇ ਲਈ ਉਹ ਅਸੀਂ ਕਰਨ ਜਾ ਰਹੇ ਹਾਂ, ਉਹ ਕਰਾਂਗੇ। ਉਹਦੇ 'ਚ ਕੋਈ ਸ਼ੁਰੂਆਤ 'ਚ ਪੁੱਛਿਆ ਸੀ ਵੀ ਇਹ ਕਿਹੜੀਆਂ ਬਿਮਾਰੀਆਂ ਫੈਲਾ ਰਿਹਾ, ਇੱਕ ਵਾਰੀ ਥੋੜ੍ਹਾ ਜਿਹਾ ਲੈਬਰੇਟ 'ਚ ਦੱਸ ਦਿਓ ਵੀ ਮਾੜਾ ਜਿਹਾ। ਦੇਖੋ, ਜਿਹੜੇ ਤਾਂ ਮਾੜਾ ਮੋਟਾ ਜਿਹੜਾ ਪੋਲਿਊਸ਼ਨ ਹੁੰਦਾ ਆ, ਉਹ ਸਾਡੇ ਤਾਂ ਉਹ ਪੋਲਿਊਸ਼ਨ ਹੁਣ ਰਿਹਾ ਹੀ ਨਹੀਂ, ਉਹ ਤਾਂ ਕਿਤੇ ਬਾਕੀ ਜਗ੍ਹਾ ਦੀ ਕਿਤੇ ਗੱਲ ਕਰ ਸਕਦੇ ਹਾਂ ਵੀ ਕਸ਼ਮੀਰ ਦੀ ਜਾਂ ਵਾਦੀਆਂ ਵੁੱਦੀਆਂ ਦੀ, ਵੀ ਤੁਹਾਨੂੰ ਖੰਘ ਆ ਜਾਂਦੀ ਹੈ, ਤੁਹਾਡੇ ਫੇਫੜਿਆਂ ਦੀ ਪ੍ਰੋਬਲਮ ਹੋ ਜਾਂਦੀ ਆ। ਪੰਜਾਬ ਦਾ ਪੋਲਿਊਸ਼ਨ ਨੇ ਕਈ ਹੱਦ ਜਿਹੜੀਆਂ ਕ੍ਰੋਸ ਕੀਤੀਆਂ, ਉਹਦੇ ਵਿੱਚ ਇੱਕ ਹੈਗਾ ਜੈਨੇਟਿਕ ਡਿਫੈਕਟ। ਜੈਨੇਟਿਕ ਡਿਫੈਕਟ ਜਦੋਂ ਆ ਜਾਵੇ ਤਾਂ ਜਿਹੜਾ ਕੈਂਸਰ ਆ ਉਹ ਤੁਹਾਡੀਆਂ ਪੀੜ੍ਹੀਆਂ ਦੇ ਵਿੱਚ ਤੁਰਨ ਲੱਗ ਜਾਂਦਾ ਆ, ਔਰ ਜੀਨ ਡਿਫੈਕਟ ਜਿਹੜੇ ਆ ਸਾਡੇ 10 ਸਾਲ ਤੋਂ ਵੱਧ ਪੁਰਾਣੇ ਪੰਜਾਬ ਦੇ ਵਿੱਚ ਹੋ ਚੁੱਕੇ ਆ। ਕਹਿਣ ਦਾ ਮਤਲਬ ਕਿ ਜਿਹੜੀ ਕਮਿਊਨਿਟੀ 'ਚ ਜੀਨ ਡਿਫੈਕਟ ਆਏ ਆ, ਇਹ ਪਾਣੀ ਸਾਫ਼ ਹੋਣ ਤੋਂ ਬਾਅਦ ਵੀ ਉਹਨਾਂ ਦੀਆਂ 5-6 ਪੁਸ਼ਤਾਂ ਦੇ ਉੱਤੇ ਖਤਰਾ ਜਿਹੜਾ ਆ ਰਹਿਣਾ ਆ, ਔਰ ਮੈਕਸੀਮਮ ਅੱਖ ਦਾ ਕੈਂਸਰ 7 ਪੁਸ਼ਤਾਂ ਤੱਕ ਦੱਸਦੇ ਆ, ਜਿਹੜਾ ਪੰਜਾਬ ਦੇ ਵਿੱਚ 3 ਪੁਸ਼ਤਾਂ 'ਚ ਰਿਕਾਰਡ ਹੋ ਚੁੱਕਿਆ ਆ। ਇਸ ਤੋਂ ਬਿਨਾਂ ਬਾਲਾਂ ਦਾ, 7 ਸਾਲ ਦੇ ਨਿਆਣੇ ਦਾ ਚਿੱਟਾ ਹੋਣਾ, ਦੰਦਾਂ ਦਾ ਖਰਾਬ ਹੋਣਾ, ਛੋਟੇ ਜਵਾਕਾਂ ਦੇ ਹਾਰਟ ਦੇ ਵਾਲ ਉੱਡਣੇ, ਅੱਖਾਂ ਦਾ ਕੈਂਸਰ ਹੋਣਾ, ਔਰ ਪੀਲੀਆ ਹੋਣਾ, ਕੈਂਸਰ ਹੋਣਾ, ਬੜੀ ਬੜੀ ਲੰਬੀ ਲਿਸਟ ਆ, ਸਕਿਨ ਦੀਆਂ ਪ੍ਰੋਬਲਮ ਹੋਣਾ, ਇੱਕਦਮ ਡੈਥ ਹੋਣਾ, ਜਿੱਦਾਂ ਕਿ ਪੇਟ ਦੀ ਪ੍ਰੋਬਲਮ ਦੇ ਨਾਲ, ਕਿਉਂਕਿ ਇਹਦੇ ਵਿੱਚ ਹੁਣ ਉਹ ਈਕੋਲਾਈ ਵਾਲੀ ਜਾਂ ਗੈਸਟ੍ਰਾਈਟਸ ਵਾਲੀ ਪ੍ਰੋਬਲਮ ਨਹੀਂ ਰਹੀ, ਹੈਵੀ ਮੈਟਲ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਹੋ ਚੁੱਕੀ ਆ, ਕਿਉਂਕਿ ਸੁਦਾ ਹੀ ਕੈਮੀਕਲ ਬਿਨਾਂ ਛਾਣੇ ਆਪਣਾ ਕੰਮ ਕਰਕੇ ਇਹਨਾਂ ਦੇ ਪਲਾਂਟਾਂ ਦੀ ਗਿਣਤੀ ਵੀ 3 ਗੁਣੀ ਹੋ ਚੁੱਕੀ ਆ ਪਹਿਲਾਂ ਨਾਲੋਂ, ਔਰ ਧਰਤੀ ਦੇ ਵਿੱਚ ਵੀ ਪਾਣੀ ਪਾਤਾ, ਸਾਡੇ ਤਾਂ 2-3 ਸੋਰਸ ਹੀ ਆ, ਜੇ ਅਸੀਂ ਪਾਣੀ ਗਰਾਊਂਡ 'ਚੋਂ ਕੱਢਦੇ ਹਾਂ ਉੱਥੇ ਵੀ ਖਤਰਾ ਆ, ਜੇ ਸਾਨੂੰ ਨਹਿਰਾਂ ਦੀ ਸਪਲਾਈ ਦਿੰਦੇ ਹੋ ਉਹਦੇ 'ਤੇ ਵੀ ਖਤਰਾ ਆ। ਹੁਣ ਜੋ ਇਹਨਾਂ ਦਾ ਹਾਲਾਤ ਚਿਮਨੀਆਂ ਦੇ ਵਿੱਚੋਂ ਅਸੀਂ ਰਾਤੀਂ ਧੂੰਆਂ ਵੇਖਿਆ, ਅਤੇ ਯਕੀਨ ਮੰਨਿਓ ਹੁਣ ਤਾਂ ਜਿਹੜੇ ਸਾਡੇ ਇੱਥੋਂ ਉੱਤੋਂ ਪਾਣੀ ਡਿੱਗਣਾ, ਮੀਂਹ ਪੈਣਾ ਨਾ, ਉਹਦੇ ਵਿੱਚ ਵੀ ਮੈਨੂੰ ਲੱਗਦਾ ਇਹ ਕਾਣ ਇਹਨਾਂ ਦੇ ਆਉਣਗੇ। ਸੋ ਖਤਰਾ ਬਹੁਤ ਵੱਡਾ ਆ, ਲੰਬੀਆਂ ਬਿਮਾਰੀਆਂ ਨੇ, ਔਰ ਬਿਮਾਰੀਆਂ ਸਰਕਾਰ ਨੂੰ ਪਤਾ ਆ, ਇਹ ਵੈਸੇ ਤਾਂ ਬਹੁਤ ਸਾਰੇ ਡਾਟਾ ਲਕੋ ਲੈਂਦੇ ਆ। 8 ਜਨਰੇਸ਼ਨ ਤੱਕ ਕੈਂਸਰ ਜਾ ਚੁੱਕਾ ਆ ਪੰਜਾਬ ਦੇ ਵਿੱਚ, ਜਿਹੜਾ ਰਿਕਾਰਡ ਹੋਇਆ ਜੀ ਉਹ 3 ਜਨਰੇਸ਼ਨਾਂ 'ਚ ਹੋਇਆ, ਕਿਉਂਕਿ ਉਹ 7 ਜਨਰੇਸ਼ਨ ਲੰਬਾ ਟਾਈਮ ਹੁੰਦਾ ਆ, ਪਰ ਐਕਸਪਰਟਸ ਨੇ ਕਿਹਾ ਉਹ ਪਰਟੀਕੁਲਰਲੀ ਇੱਕ ਆਈ ਕੈਂਸਰ ਆ ਅੱਖ ਦਾ, ਉਹ ਕਾਣੀ ਫੈਮਿਲੀ ਕਰਕੇ, ਉਹ ਪਿੰਡ ਵਾਲਿਆਂ ਨੇ ਜਿਵੇਂ ਉਹਨਾਂ ਦਾ ਨਾਂ ਪਾ ਦਿੱਤਾ ਸੀ, ਉਹ ਇੱਕ ਪਰਿਵਾਰ 'ਚ 3 ਜਨਰੇਸ਼ਨ 'ਚ ਗਿਆ ਸੀ, ਉਹ ਇੱਕ ਹੈਲਥ ਮੈਗਜ਼ੀਨ ਦੇ ਵਿੱਚ ਬਹੁਤ ਸਾਲ ਪਹਿਲਾਂ ਪਬਲਿਸ਼ ਹੋਈ ਸੀ ਉਹ ਸਟੋਰੀ, ਉਹ ਡਰਾਵਣੀ ਗੱਲ ਸੀ ਥੋੜ੍ਹੀ ਜੀ, ਔਰ ਉਹ 10 ਸਾਲਾਂ ਦੇ ਵਿੱਚ ਤਾਂ ਤਸਵੀਰ ਜਿਹੜੀ ਆ, ਅਸੀਂ ਇਹੀ ਗੱਲ ਕਰਦੇ ਹਾਂ ਕਿਉਂਕਿ ਇਹ ਫੈਸਲਾ ਸ਼ਾਇਦ ਮੈਂ ਨਹੀਂ ਕਰ ਸਕਦਾ, ਪਰ ਇਹ IIT ਰੋਪੜ ਜਾਂ PAU ਕਰ ਸਕਦੀ ਆ, ਇਹਦਾ ਕੋਈ ਰਿਸਰਚ ਹੋਣੀ ਚਾਹੀਦੀ ਆ, ਪਰ ਅਸੀਂ ਸਰਕਾਰ 'ਤੇ ਭਰੋਸਾ ਕਿਵੇਂ ਕਰੀਏ? ਇਹਨਾਂ ਨੇ ਮੱਝਾਂ ਦੇ ਕੈਂਸਰ ਦੀ ਰਜਿਸਟ੍ਰੇਸ਼ਨ ਬੰਦ ਕਰਤੀ, ਵੀ ਲਿਖੋ ਹੀ ਨਾ, ਕੋਈ RTI ਚਲਾਵੇ,
ਮੱਝਾਂ ਦਾ ਕੈਂਸਰ ਹੋ ਰਿਹਾ ਸੀ ਇੱਕ ਟਾਈਮ 'ਤੇ, ਪਰ ਹੁਣ ਮੱਝਾਂ ਦਾ ਕੈਂਸਰ ਨਹੀਂ ਹੋ ਰਿਹਾ, ਕਾਰਨ ਉਹਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ। ਇਹ ਸਾਡੇ ਵਾਲੇ ਪਾਸੇ ਆ ਕੇ ਕਿਸੇ ਵੀ ਚੀਜ਼ ਨੂੰ ਰਿਸਰਚ ਵਰਕ 'ਤੇ ਲਿਆਉਣਾ ਹੀ ਨਹੀਂ ਚਾਹੁੰਦੇ, ਇਹ ਦਿਖਾਉਣਾ ਚਾਹੁੰਦੇ ਆ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਲੋਕ ਤੁਰੇ ਫਿਰਦੇ ਆ, ਕਿਹਦੇ ਅੰਦਰ ਕਿਹੜੀ ਕਿਹੜੀ ਬਿਮਾਰੀ ਕੋਈ ਲਈ ਤੁਰੀ ਫਿਰਦਾ ਆ, ਉਹਦੀ ਇਹ ਗੱਲ ਵੀ ਨਹੀਂ ਗਾਲਣਾ ਚਾਹੁੰਦੇ, ਸੋਚਣਾ ਚਾਹੁੰਦੇ। ਕੈਂਸਰ ਨੂੰ ਇਹ ਲੈਂਦੇ ਨਹੀਂ, ਕਿਉਂਕਿ ਆਪਾਂ ਇਹ ਗੱਲ ਕਰ ਰਹੇ ਸੀ ਮੱਝਾਂ ਨੂੰ ਤਾਂ ਕੈਂਸਰ ਹੋ ਗਿਆ, ਹੁਣ ਉਹਨੂੰ ਵੀ ਨਹੀਂ ਗਿਣਦੇ ਹੈ। ਹਾਂ, ਉਹਦੇ ਵਿੱਚ ਇਹਨਾਂ ਨੇ ਨਾ ਪਿਛਲੀ ਸਰਕਾਰ ਨੇ ਕੀ ਕੀਤਾ ਵੀ ਜਦੋਂ ਆਰ ਟੀ ਆਈ ਲਾ ਕੇ ਡਾਟਾ ਬਾਹਰ ਆਇਆ ਵੀ ਇੰਨੀਆਂ ਮੱਝਾਂ ਨੂੰ ਕੈਂਸਰ ਆ, ਉਸ ਤੋਂ ਬਾਅਦ ਇਹਨਾਂ ਨੇ ਐਂ ਕਹਿਤਾ ਵੀ ਜਿਹੜੀ ਕੋਈ ਮੱਝ ਨੂੰ ਕੈਂਸਰ ਹੈ ਇਹਨਾਂ ਨੇ ਉਹਨੂੰ ਉਹਦੀ ਡੈਥ ਜਾਂ ਉਹਦੀ ਬਿਮਾਰੀ ਨੂੰ ਇਨਫੈਕਸ਼ਨ ਜਾਂ ਹੋਰ ਲਫ਼ਜ਼ਾਂ ਦੇ ਵਿੱਚ ਲਿਖਣਾ ਸ਼ੁਰੂ ਕਰਤਾ। ਇੱਕ ਆਰ ਟੀ ਆਈ ਐਕਟਿਵਿਸਟ ਨੇ ਜਿਹੜਾ ਡੇਟਾ ਲੈਣਾ ਸੀ ਉਹ ਤਾਂ ਉਹਨਾਂ ਨੇ ਉੱਥੋਂ ਹੀ ਚੱਕਣਾ ਸੀ ਨਾ, ਜਿਵੇਂ ਇੱਕ ਸਾਲ ਮੱਝਾਂ ਨੂੰ ਕੈਂਸਰ ਸੀ, ਅਗਲੇ ਸਾਲ ਮੱਝਾਂ ਦਾ ਕੈਂਸਰ ਖਤਮ ਹੋ ਗਿਆ ਪੰਜਾਬ 'ਚੋਂ, ਕਾਗਜ਼ਾਂ 'ਚ ਖਤਮ ਕਰਤਾ, ਮਤਲਬ ਉਹ ਫਿਰ ਤੁਸੀਂ ਉਹਨੂੰ ਅਖਬਾਰ 'ਚ ਕਿਵੇਂ ਛਪਾਓਗੇ, ਲੋਕਾਂ ਤੱਕ ਕਿਵੇਂ ਲੈ ਕੇ? ਪਹਿਲਾਂ ਵੀ ਕੈਂਸਰ ਖਤਮ ਕਰ ਸਕਦੇ ਆ ਫਿਰ? ਬਿਲਕੁਲ ਕਰ ਸਕਦੇ ਆ ਜੀ, ਜੇ ਤੁਸੀਂ ਉਹਨੂੰ ਰਿਕਾਰਡ ਹੀ ਨਾ ਕਰੋ, ਹੁਣ ਜੇ ਤੁਸੀਂ ਇਲਾਜ ਹੀ ਨਾ ਕਰੋ, ਹੁਣ ਜਿਹੜੇ ਲੋਕ ਸਾਡੇ ਬੀਕਾਨੇਰ ਜਾ ਕੇ ਇਲਾਜ ਕਰਾਉਂਦੇ ਨੇ ਉਹਦੀ ਗਿਣਤੀ ਆਉਂਦੀ ਨਹੀਂ, ਸਾਡੇ 25,000 ਤੱਕ ਗਿਣਤੀ ਪਹੁੰਚ ਗਈ ਆ ਕੈਂਸਰ ਨਾਲ ਮਰਨ ਵਾਲਿਆਂ ਦੀ ਹਰ ਸਾਲ, ਔਰ ਉਹ ਹਰਿਆਣੇ ਤੋਂ ਵੀ ਕਿਤੇ ਵੱਧ ਹੈ। ਹੈਰਾਨੀ ਦੀ ਗੱਲ ਇਹ ਹੈ ਵੀ ਉਹ ਬਾਕੀ ਇੰਡੀਆ ਨਾਲ ਸੇਮ ਨਹੀਂ ਆ, ਸਾਡੀ ਗਿਣਤੀ ਬਹੁਤ ਵੱਧ ਆ। ਉਹਦਾ ਕਾਰਨ ਇਹ ਹੈ ਵੀ ਹੋਰ ਵੀ ਸੋਰਸ ਹੁੰਦੇ ਆ, ਬਟ 50% ਕੇਸ 12,000 ਕੈਂਸਰ ਦੇ ਜਿਹੜੇ ਆ ਉਹ ਸਾਡੇ ਗੰਦੇ ਪਾਣੀ ਨੇ ਦਿੱਤੇ ਹੋਏ ਆ। ਹਰ ਰੋਜ਼ 32 ਬੰਦੇ ਜਿਹੜੇ ਆ ਅਸੀਂ ਇਸ ਬਿਮਾਰੀ ਨੂੰ ਗਵਾ ਲੈਂਦੇ ਹਾਂ, ਇਸੇ ਕਰਕੇ ਮੁੱਦਾ ਗੰਭੀਰ ਹੈ। ਉਸ ਦੀ ਗੱਲ ਕਰ ਰਹੇ ਹੋ? ਹਾਂਜੀ ਹਾਂਜੀ, ਤਕਰੀਬਨ 12,000 ਦੇ ਕਰੀਬ ਜਿਹੜੀਆਂ ਮੌਤਾਂ ਨੇ ਇਸ ਗੰਦੇ ਪਾਣੀ ਦੇ ਕੈਂਸਰ ਨਾਲ ਪੰਜਾਬ 'ਚ ਹਰ ਸਾਲ ਹੋ ਜਾਂਦੀਆਂ ਨੇ, ਔਰ ਇਹਦੇ ਨਾਲ ਜਿਹੜਾ ਇਲਾਜ ਹੈ 7-8 ਲੱਖ ਰੁਪਏ ਦਾ ਨੁਕਸਾਨ ਹੈ, ਇੱਕ ਟੱਬਰ, ਇੱਕ ਸਾਡੀ ਇਕਾਨਮੀ, ਜ਼ਮੀਨ ਵਿਕਣਾ, ਲੋਕਾਂ ਦਾ ਉੱਜੜਨਾ, ਉਹ ਪੰਜਾਬ ਦਾ ਨੁਕਸਾਨ। ਇਹ ਨਹੀਂ ਵੀ ਸਾਡੇ ਨਿਆਣੇ ਕੈਨੇਡਾ ਪੜ੍ਹਨ ਜਾਣ ਡਿਆ, ਲੋਕ ਜਿੰਨਾ ਮਰਜ਼ੀ ਕਹੀ ਜਾਣ, ਉਹ ਕੋਈ ਇੰਨਾ ਡਰ ਵਾਲੀ ਗੱਲ ਨਹੀਂ। ਪੰਜਾਬ ਦਾ ਨੁਕਸਾਨ ਇਹ ਵੀ ਜਦੋਂ ਇੱਕ ਪਰਿਵਾਰ ਇਕਾਨਮਿਕ ਤੌਰ 'ਤੇ ਉੱਜੜ ਜਾਂਦਾ ਆ, ਉਹ ਜਦੋਂ ਰਾਜਸਥਾਨ ਇਲਾਜ ਕਰਾਉਣ ਜਾਂਦਾ, ਜਦੋਂ ਉਹਦੀ ਜ਼ਮੀਨ ਘਰ ਵਿਕਦਾ, ਉਹ ਕਿਸੇ ਜੋਗਾ ਨਹੀਂ ਰਹਿੰਦਾ, ਉਹ ਸਾਡਾ ਵੱਡਾ ਉਜਾੜਾ ਆ, ਉਹ ਸਾਡੀ ਇਕਾਨਮੀ ਉੱਜੜਦੀ ਆ, ਅਤੇ ਇਹ ਬੈਠੇ ਕਹੀ ਜਾਂਦੇ ਆ ਵੀ ਅਸੀਂ ਨੌਕਰੀਆਂ ਦੇਣੀਆਂ। ਮੰਤਰੀ ਸਾਹਿਬ ਨੇ ਇੱਥੇ ਆ ਕੇ ਪਾਣੀ ਵੀ ਪੀਤਾ ਸੀਗਾ, ਯਾਦ ਹੋਣਾ ਤੁਹਾਡੇ, ਪਾਣੀ ਦਿਖਾਇਆ ਵੀ ਸੀ, ਇਹ ਵੀ ਕਿਹਾ ਸੀ ਵੀ ਜਲਦੀ ਸਾਫ਼ ਹੋ ਜੂਗਾ, ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਗਿਆ ਸੀ, ਅਖਬਾਰਾਂ ਦੇ ਵਿੱਚ ਬਿਆਨ ਵੀ ਆਏ ਸੀਗੇ ਬੜੇ ਵੱਡੇ। ਇਹ ਫਿਰ ਉਹ ਪੋਲੀਟੀਕਲ ਰਿਸਕ ਕਈ ਵਾਰੀ ਲੈ ਲੈਂਦੇ ਆ, ਉਹ ਕਦੇ ਸੀਚੇ ਵਾਲੇ ਨੇ ਕਹਿਤਾ ਪਾਣੀ ਪੀ ਲਾ, ਪੀਣ ਤੋਂ ਬਾਅਦ ਤੁਸੀਂ ਭੱਜ ਕੇ ਹੋਸਪਿਟਲ ਤੁਹਾਨੂੰ ਜਾਣਾ ਪਿਆ। ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਦਾ ਮੁੱਖ ਮੰਤਰੀ ਵੀ ਬਿਮਾਰ ਆ, ਅਸੀਂ ਚਾਹੁੰਦੇ ਹਾਂ ਵੀ ਉਹ ਛੇਤੀ ਠੀਕ ਹੋਵੇ, ਉਹ ਬਾਹਰ ਆ ਗਏ ਆ, ਵਿਸ਼ ਕਰਦੇ ਹਾਂ ਕਿ ਉਹ ਛੇਤੀ ਠੀਕ ਹੋਣ। ਇਹ ਜਿੰਨੇ ਟੌਪਿਕ ਹੈ ਇਹ ਮਜ਼ਾਕ ਦੇ ਜਾਂ ਪੋਲੀਟੀਕਲ ਬਰਾਊਨੀ ਪੁਆਇੰਟ ਬਣਾਉਣ ਦੇ ਨਹੀਂ ਆ, ਇਹ ਬਹੁਤ ਗੰਭੀਰ ਹੈ। ਮੈਂ ਕੱਲ੍ਹ ਵੀ ਅੱਜ ਵੀ ਮੇਰਾ ਕੋਈ ਪਰਿਵਾਰ, ਮੇਰਾ ਖਾਸ ਦੋਸਤ, ਉਹਨਾਂ ਦੇ ਮਾਤਾ ਜੀ, ਉਹਨਾਂ ਨੂੰ ਅੱਜ ਪਹਿਲੀ ਕੀਮੋ ਲੱਗੀ ਆ, ਇਹ ਸਾਨੂੰ ਪਤਾ ਸੀ। ਰੋਜ਼ ਅਸੀਂ ਕਿਸੇ ਨਾ ਕਿਸੇ ਦਿਨ ਕਿਸੇ ਨਾ ਕਿਸੇ ਦੇ ਲਈ ਹੋਸਪਿਟਲ ਜਾ ਰਹੇ ਹਾਂ, ਆਪਣੇ ਕਰੀਬੀ ਦੇ ਲਈ, ਮੈਂ ਡੇਟਾ ਦੀ ਗੱਲ ਨਹੀਂ ਕਰਦਾ। ਉਦੋਂ ਪਤਾ ਲੱਗਦਾ ਹੈ ਵੀ ਜਦੋਂ ਉਦੋਂ ਕੋਈ ਸਾਡੀ ਕਿਹੜੀ ਕੋਈ ਵੈਲਫੇਅਰ ਸਟੇਟ ਹੈ, ਹੋਵੇ ਵੀ ਤਾਂ ਵੀ ਕਿਸੇ ਦਾ ਹੱਕ ਨਹੀਂ ਵੀ ਤੁਸੀਂ ਆਪਣੀ ਉੱਨ ਰੰਗ ਦੇ ਹੋਏ ਇਹ ਕਹੋ ਵੀ ਸਾਨੂੰ ਤਾਂ ਜੀ, ਅਜੇ ਵੀ ਤੁਸੀਂ ਇਹ ਕਹੋ, ਇੰਡਸਟਰੀ ਕਹੇ ਸਾਡੀ ਹਰੈਸਮੈਂਟ ਹੋ ਰਹੀ ਆ। ਉਹ ਸਾਡਾ ਤਾਂ ਮੁਲਕ ਹੀ ਇਹੋ ਜਿਹਾ ਆ, ਜਿਹੋ ਜਿਹਾ ਇਸ ਇੰਡਸਟਰੀ ਵਾਲਿਆਂ ਨੇ ਕੰਮ ਕੀਤਾ, ਜੇ ਕੋਈ ਸਿਵਲਾਈਜ਼ਡ ਮੁਲਕ ਹੁੰਦਾ ਨਾ ਤਾਂ ਕੈਪੀਟਲ ਪਨਿਸ਼ਮੈਂਟ ਦੇ ਕੇ ਆਹ ਗੰਦ ਖਤਮ ਕਰ ਦਿੱਤਾ ਹੁੰਦਾ। ਕਹਿੰਦੇ ਸਾਨੂੰ ਪੰਜਾਬ 'ਚ ਕੰਮ ਨਹੀਂ ਕਰਨ ਦੇਣੇ, ਅਸੀਂ ਪੰਜਾਬ 'ਚੋਂ ਨਿਕਲ ਜਾਣਾ, ਅਸੀਂ ਪੰਜਾਬ 'ਚੋਂ ਬਾਹਰ ਚਲੇ ਜਾਣਾ, ਅਤੇ ਇਹ ਕਹਿੰਦੇ ਨੇ ਵੀ ਇੱਥੇ ਰੋਜ਼ ਧਰਨੇ ਲੱਗ ਜਾਂਦੇ ਨੇ। ਧਰਨੇ ਤਾਂ ਉਹ ਲੋਕ ਲਾਉਂਦੇ ਨੇ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਆ, ਇਹਨਾਂ ਨੂੰ ਚਾਹੁੰਦੇ ਨੇ ਮਰੇ ਹੋਏ ਲੋਕ। ਕਿੰਨੇ ਸਾਲ ਹੋ ਗਏ ਆ, ਅਸੀਂ ਸੀਸੂ ਵਾਲੇ ਆ, ਮਿਸਟਰ ਕਲਾਰ ਨੇ ਇੱਕ ਲੁਧਿਆਣੇ ਤੋਂ, ਇੱਕ ਇਹਨਾਂ ਦੀ ਸੰਸਥਾ ਆ ਉਹਦੇ ਚੇਅਰਮੈਨ ਆ ਕੁਛ ਹੈਗੇ ਆ ਉਹ ਮਿਸਟਰ ਕਲਾਰ ਕਰਕੇ, ਉਹਨਾਂ ਦਾ ਨਾਮ ਮੇਰੇ ਦਿਮਾਗ 'ਚ ਤਾਂ ਆ
ਵੀ ਮੈਨੂੰ 4 ਸਾਲ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ 'ਚ ਇਹ ਸੁਣਦੇ ਹੋ ਗਿਆ ਵੀ ਮੈਂ ਯੂਪੀ ਜਾਣਾ, ਵੀ ਦੱਸ ਕੇ ਜਾਣਾ। ਤੁਸੀਂ 4 ਸਾਲ ਪਹਿਲਾਂ ਵੀ ਕਿਹਾ, 3 ਸਾਲ ਪਹਿਲਾਂ ਵੀ ਕਿਹਾ, ਜੇ ਤੁਹਾਨੂੰ ਪੰਜਾਬ ਨਾਲ ਨਫ਼ਰਤ ਆ ਚਲੇ ਜਾਓ। ਅਸੀਂ ਤਾਂ ਕਾਲੇ ਪਾਣੀ, ਜੇ ਇੱਥੇ ਕਾਲਾ ਪਾਣੀ ਆ ਗਿਆ ਅਸੀਂ ਪੰਜਾਬ ਨਹੀਂ ਛੱਡਣਾ। ਕਾਲਾ ਪਾਣੀ ਤੁਸੀਂ ਦਿੱਤਾ ਆ, ਤੁਸੀਂ ਜਾਓ ਆਪਣੀਆਂ ਫੈਕਟਰੀਆਂ ਨਾਲ ਲੈ ਜਾਓ, ਅਸੀਂ ਤਾਂ ਇੱਥੇ ਹੀ ਲੜਾਂਗੇ ਕਿਤੇ ਵੀ ਰਹਿੰਦੇ ਹੋਈਏ। ਯਾਰ ਤੁਸੀਂ ਤਾਂ ਜਿੱਥੇ ਖਾਧਾ ਤੁਸੀਂ ਤਾਂ ਅੱਜ ਉਸ ਧਰਤੀ ਨੂੰ ਭੰਡਣ ਡਏ ਹੋ ਵੀ ਅਸੀਂ ਪੰਜਾਬ ਛੱਡ ਕੇ ਚਲ ਜਾਣਾ। ਔਰ ਹੋਰ ਤੁਸੀਂ ਕਿਸੇ ਵੀ ਗੱਲ 'ਤੇ ਆ ਜਾਓ, ਤੁਸੀਂ ਯੂਪੀ ਜਾਣਾ ਚਲੇ ਜਾਓ। ਅੱਜ ਦੀ ਯੂਪੀ ਦੀ ਖਬਰ ਹੈ ਵੀ ਮੁੰਡਿਆਂ ਨੇ ਆਈਫੋਨ ਮੰਗਾਇਆ, ਡਿਲੀਵਰੀ ਬੁਆਏ 30 ਸਾਲ ਦਾ ਗੋਲੀ ਨਾਲ ਮਾਰ ਦਿੱਤਾ ਆਈਫੋਨ ਦੇ ਲਈ। ਚਲੇ ਜਾਓ, ਲੈ ਜਾਓ ਫੈਕਟਰੀਆਂ ਉੱਥੇ। ਇੱਥੇ ਤਾਂ ਘੰਟਾ ਘੰਟਾ ਬੱਤੀ ਨਹੀਂ ਆਉਂਦੀ, ਉੱਥੇ ਕਹਿੰਦੇ ਨਿਆਣਾ ਨਹੀਂ ਘਰ ਆਉਂਦਾ। ਸੋ ਇਹ ਮਜ਼ਾਕ ਵਾਲੀਆਂ ਗੱਲਾਂ ਨੇ, ਪੰਜਾਬ ਵਰਗੀ ਧਰਤੀ ਦਾ ਕਿਸੇ ਨਾਲ ਮੁਕਾਬਲਾ ਨਹੀਂ, ਪਰ ਸਾਡੀਆਂ ਆਪਦੀਆਂ ਪ੍ਰੋਬਲਮ ਆ, ਅਸੀਂ ਉਹਨਾਂ ਨਾਲ ਲੜਾਂਗੇ। ਸਾਡੇ ਤਾਂ ਆਪਦੇ ਲੋਕਾਂ ਨੇ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ, ਕਿਉਂਕਿ ਬਹੁਤ ਸਾਰੇ ਲੋਕ ਪੰਜਾਬੀ ਨੇ ਨਾ ਜਿਨ੍ਹਾਂ ਦੀਆਂ ਫੈਕਟਰੀਆਂ ਨੇ, ਮੈਂ ਤਾਂ ਕਰਕੇ ਕਹਿੰਦਾ ਇਹ ਜਿਹੜੀ ਭਰਾ ਮਾਰੂ ਜੰਗ ਇਹਨਾਂ ਨੇ ਕੀਤੀ, ਸਾਨੂੰ ਧੋਖਾ ਦਿੱਤਾ ਸਾਡੇ 2 ਕਰੋੜ ਲੋਕਾਂ ਨੂੰ ਰਾਜਸਥਾਨ ਤੱਕ। ਇਸ ਕਰਕੇ ਸਾਨੂੰ ਮਜਬੂਰੀ 'ਚ ਆਪਣੇ ਲੋਕਾਂ ਨਾਲ ਲੜਾਈ ਲੜਨੀ ਪੈਣ ਡਈ ਹੈ, ਪਰ ਅਸੀਂ ਇਹ ਲੜਾਈ ਜਿੱਤਾਂਗੇ। ਇਹਨਾਂ ਨੇ ਵੇਖਣਾ ਕਿਤੇ ਵੀ ਜਾਣਾ, ਔਰ ਅਸੀਂ ਤਾਂ ਇਹ ਵੀ ਉਮੀਦ ਕਰਦੇ ਹਾਂ ਜਦੋਂ ਕਿਤੇ ਜਾਣ, ਜਿੱਥੇ ਵੀ ਜਾਣਾ ਉੱਥੇ ਵੀ ਇੱਦਾਂ ਲੋਕਾਂ ਨੂੰ ਨਾ ਮਾਰਨ ਜਿੱਥੇ ਵੀ ਜਾ ਕੇ। ਥੈਂਕ ਯੂ ਸੋ ਮਚ। ਜਿਵੇਂ ਕਿ ਗੱਲਬਾਤ ਕਰਕੇ ਹਟੇ ਹਾਂ, ਉਮੀਦ ਹੈ ਤੁਸੀਂ ਸਾਰੀ ਗੱਲਬਾਤ ਸੁਣੀ ਲਈ ਗਈ। ਇਸੇ ਤਰੀਕੇ ਨਾਲ ਹੋਰ ਵੀ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ। ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ।